ਸਤਿ ਸ਼੍ਰੀ ਅਕਾਲ ਜੀ ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਰਸ਼ਰਨ ਕੌਰ ਅੱਜ ਦੇ ਬੁਲੇਟਿਨ ਦੇ ਵਿੱਚ ਤੁਹਾਨੂੰ ਦੱਸਾਂਗੇ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤੇ ਅਹਿਮ ਖਬਰਾਂ ਸ਼ੁਰੂਆਤ ਕਰਾਂਗੇ ਕਿਸਾਨਾਂ ਦੇ ਸੰਘਰਸ਼ ਦੇ ਨਾਲ ਜੁੜੀਆਂ ਖਬਰਾਂ ਕਿਸਾਨਾਂ ਦੀ ਜੰਗ ਜਿੱਤੀ ਗਈ ਹੈ ਲੜਾਈ ਜਿੱਤਣ ਤੋਂ ਬਾਅਦ ਕਿਸਾਨ ਲਗਾਤਾਰ ਦਿੱਲੀ ਤੋਂ ਫਤਿਹ ਮਾਰਚ ਦੇ ਰੂਪ ਵਿੱਚ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਆਪੋ ਆਪਣੇ ਘਰਾਂ ਨੂੰ ਪਹੁੰਚ ਰਹੇ ਨੇ ਆਪੋ ਆਪਣੇ ਸੂਬਿਆਂ ਦੇ ਵਿੱਚ ਪਹੁੰਚ ਰਹੇ ਨੇ ਸਭ ਤੋਂ ਵੱਧ ਰੌਣਕਾਂ ਜਿਹੜੀਆਂ ਨੇ ਉਹ ਪੰਜਾਬ ਤੇ ਹਰਿਆਣਾ ਵਾਲੇ ਰਾਹ ਤੇ ਲੱਗੀਆਂ ਹੋਈਆਂ ਨੇ 11 ਦਸੰਬਰ ਤੋਂ ਟਿੱਕਰੀ ਤੇ ਸਿੰਘੂ ਬਾਰਡਰ ਤੋਂ ਲਗਾਤਾਰ ਕਾਫਲੇ ਰਵਾਨਾ ਹੋਣੇ ਸ਼ੁਰੂ ਹੋ ਗਏ ਸੀ ਤੇ ਹਾਲੇ ਵੀ ਕਾਫਲੇ ਉੱਥੋਂ ਚੱਲ ਰਹੇ ਨੇ 13 ਦਸੰਬਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕਾਫਲਾ ਜਿੱਥੇ ਦਿੱਲੀ ਦੇ ਸਿੰਘੂ ਬਾਰਡਰ ਤੋਂ ਰਵਾਨਾ ਹੋਇਆ ਉੱਥੇ ਹੀ ਸਿੰਘੂ ਬਾਰਡਰ ਤੋਂ ਆਖਰੀ ਟਰਾਲੀਆਂ ਵੀ ਰਵਾਨਾ ਹੋਈਆਂ ਕਿਸਾਨਾਂ ਦੇ ਵੱਲੋਂ ਘਰ ਵਾਪਸੀ ਭਾਵੇਂ ਸਿੰਘੂ ਬਾਰਡਰ ਤੋਂ 11 ਦਸੰਬਰ ਤੋਂ ਸ਼ੁਰੂ ਕਰ ਦਿੱਤੀ ਗਈ ਸੀ ਪਰ ਕਈ ਜਿਹੜੇ ਉੱਥੇ ਸੇਵਾ ਕਰਨ ਵਾਲੇ ਲੋਕ ਸੀ ਉਹ ਮੰਨਦੇ ਨੇ ਕਿ ਬਹੁਤ ਕਾਹਲੀ ਦੇ ਵਿੱਚ ਕਿਸਾਨ ਲੀਡਰਾਂ ਨੇ ਕਾਲ ਦਿੱਤੀ ਵਾਪਸ ਜਾਣ ਦੀ ਸਾਨੂੰ ਥੋੜ੍ਹਾ ਸਮਾਂ ਦੇਣਾ ਚਾਹੀਦਾ ਸੀ ਚਾਹੇ ਉਹ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਹੋਵੇ ਜਿਹੜਾ ਕਿ ਲਾਈਫ ਕੇਅਰ ਫਾਊਂਡੇਸ਼ਨ ਦੇ ਵੱਲੋਂ ਚਲਾਇਆ ਜਾਂਦਾ ਹੈ ਜਾਂ ਫਿਰ ਜੰਗੀ ਕਿਤਾਬ ਘਰ ਹੋਵੇ ਜਾਂ ਫਿਰ ਉੱਥੇ ਸਫਾਈ ਮੁਹਿੰਮ ਵਾਲੇ ਨੌਜਵਾਨ ਹੋਣ ਜਿਨ੍ਹਾਂ ਦਾ ਵੱਡਾ ਤਾਮ ਝਾਮ ਸੀ ਜਿਨ੍ਹਾਂ ਦੇ ਬਹੁਤ ਵੱਡੇ ਲੰਗਰ ਸੀਗੇ ਜਿਹੜੇ ਦਿਨ ਰਾਤ ਚੱਲਦੇ ਸੀ ਸੋ ਉਹਨਾਂ ਨੂੰ ਸਮਾਨ ਸਮੇਟਣ ਦੇ ਲਈ ਸਮਾਂ ਤਾਂ ਲੱਗਣਾ ਹੀ ਸੀ ਸਾਡੀ ਟੀਮ ਹੈ ਜਿਹੜੀ ਉਹ 13 ਦਸੰਬਰ ਦੀ ਸਵੇਰ ਨੂੰ ਸਿੰਘੂ ਬਾਰਡਰ 'ਤੇ ਪਹੁੰਚੀ ਅਸੀਂ ਜਾ ਕੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਉੱਥੋਂ ਹੁਣ ਆਖਰੀ ਜਿਹੜੀਆਂ ਟਰਾਲੀਆਂ ਸੀ ਉਹ ਰਵਾਨਾ ਹੋ ਰਹੀਆਂ ਸੀ ਸਿੰਘੂ ਬਾਰਡਰ ਤੋਂ ਜਿਹੜੀਆਂ ਆਖਰੀ ਟਰਾਲੀਆਂ ਤੁਰ ਰਹੀਆਂ ਸੀ ਇਹ ਤਸਵੀਰਾਂ ਸਭ ਨੂੰ ਭਾਵੁਕ ਕਰ ਦੇਣ ਵਾਲੀਆਂ ਨੇ ਇਸ ਮੌਕੇ ਅਰਦਾਸ ਵੀ ਕੀਤੀ ਗਈ ਮੋਰਚੇ ਦੇ ਇੱਕ ਖਾਸ ਚਿਹਰੇ ਬਾਪੂ ਸੰਤੋਖ ਸਿੰਘ ਨੇ ਇੱਥੇ ਸਮਾਪਤੀ ਦੀ ਅਰਦਾਸ ਕੀਤੀ ਜੈਕਾਰੇ ਗੁੰਜਾਏ ਗਏ ਅਤੇ ਸ਼ਹੀਦ ਭਗਤ ਸਿੰਘ ਦੀ ਦੋਹਤੀ ਦੇ ਵੱਲੋਂ ਸਾਰੇ ਕਿਸਾਨਾਂ ਨੂੰ ਸਿਰੋ ਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਸਾਲ ਸਾਲ ਤੋਂ ਉੱਥੇ ਮੌਜੂਦ ਸੀ ਉਹ ਹੀ ਅਖੀਰ ਦੇ ਵਿੱਚ ਰਹਿ ਗਏ ਸੀ ਅਤੇ ਉਹਨਾਂ ਨੇ ਇਹ ਜਿਹੜਾ ਪਹਿਲਾਂ ਹੀ ਪ੍ਰਣ ਲਿਆ ਸੀ ਕਿ ਜਦੋਂ ਵੀ ਮੋਰਚੇ ਦੀ ਸਮਾਪਤੀ ਹੋਵੇਗੀ ਮੋਰਚਾ ਜਿੱਤਿਆ ਜਾਊਗਾ ਫਤਿਹ ਕੀਤਾ ਜਾਊਗਾ ਤਾਂ ਉਦੋਂ ਅਸੀਂ ਸਾਰੀ ਸਾਫ਼ ਸਫਾਈ ਜਿਹੜੀ ਕਰਕੇ ਤਾਂ ਇੱਥੋਂ ਜਾਵਾਂਗੇ ਸੋ JCBs ਦੇ ਨਾਲ ਸਫਾਈ ਦਾ ਜਿਹੜਾ ਕੰਮ ਹੈ ਉਹ ਕੀਤਾ ਗਿਆ ਉਸ ਤੋਂ ਬਾਅਦ ਚਾਲੇ ਪਾਏ ਗਏ ਨੇ ਕਿਸਾਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਇਹਨਾਂ ਕਿਸਾਨਾਂ ਨੇ ਸਭ ਤੋਂ ਅਖੀਰ 'ਤੇ ਤੁਰਨ ਦਾ ਫੈਸਲਾ ਲਿਆ ਸੀ ਕਿਉਂਕਿ ਇਹਨਾਂ ਦਾ ਮੰਨਣਾ ਸੀ ਖਾਸ ਕਰਕੇ ਹਸਪਤਾਲ ਵਾਲੇ ਜਿਹੜੇ ਸੇਵਾਦਾਰ ਨੇ ਉਹਨਾਂ ਦਾ ਮੰਨਣਾ ਸੀ ਕਿ ਪਹਿਲਾਂ ਸਾਰੇ ਕਿਸਾਨ ਉੱਥੋਂ ਰਵਾਨਾ ਹੋਣ ਕਿਉਂਕਿ ਜੇ ਕਿਸੇ ਨੂੰ ਕੋਈ ਐਮਰਜੈਂਸੀ ਦੀ ਲੋੜ ਪੈ ਜਾਵੇ ਤਾਂ ਅਸੀਂ ਉੱਥੇ ਕਮ ਸੇ ਕਮ ਮੌਜੂਦ ਹੋਈਏ ਕਿਸੇ ਦੀ ਵੀ ਮਦਦ ਕਰਨ ਦੇ ਲਈ ਮੌਜੂਦ ਹੋਈਏ ਅਤੇ ਇਹ ਵੀ ਕਿਹਾ ਕਿ ਸਰਕਾਰ ਨੂੰ ਇਹ ਕਹਿਣ ਦਾ ਮੌਕਾ ਨਹੀਂ ਅਸੀਂ ਦੇਣਾ ਚਾਹੁੰਦੇ ਕਿ ਕਿਸਾਨ ਦਿੱਲੀ ਦੇ ਵਿੱਚ ਖਲਾਰਾ ਪਾ ਕੇ ਗਏ ਨੇ ਸੋ ਇਸ ਕਰਕੇ ਸਫਾਈ ਹੈ ਜਿਹੜੀ ਉਹ ਕੀਤੀ ਗਈ ਅਤੇ ਨਾਲ ਹੀ ਸਰਕਾਰ ਨੂੰ ਇਹ ਵੀ ਦੱਸ ਦਿੱਤਾ ਕਿ ਅਸੀਂ ਕੋਈ ਅੱਕ ਥੱਕ ਕੇ ਨਹੀਂ ਜਾ ਰਹੇ ਅਸੀਂ ਆਪਣੀ ਜੰਗ ਹੈ ਜਿਹੜੀ ਉਹ ਜਿੱਤ ਕੇ ਜਾ ਰਹੇ ਹਾਂ ਪਰ ਫਿਰ ਵੀ ਜੇ ਤੁਸੀਂ ਮੁੱਕਰ ਗਏ ਆਪਣੇ ਵਾਅਦਿਆਂ ਤੋਂ ਮੁੱਕਰ ਗਏ ਤਾਂ ਅਸੀਂ ਸਾਰੇ ਵਾਪਸ ਆ ਜਾਵਾਂਗੇ ਜਿਹੜੇ ਨਾਲ ਛੰਨਾ ਲਿਆ ਰਹੇ ਨੇ ਕਿਉਂਕਿ ਇੱਕ ਮੋਹਾਲੀ ਦੇ ਬੈਸਟੈਕ ਮੋਰਚਾ ਦੇ ਵੱਲੋਂ ਜਿਹੜਾ ਦਿੱਲੀ ਦੇ ਸਿੰਘੂ ਬਾਰਡਰ 'ਤੇ ਪੱਕਾ ਮੋਰਚਾ ਲਾਇਆ ਗਿਆ ਸੀ ਉੱਥੇ ਇੱਕ ਨੌਜਵਾਨ ਜਤਿੰਦਰ ਸਿੰਘ ਜੋ ਪੂਰਾ ਸਾਲ ਉੱਥੇ ਰਿਹਾ ਉਸਨੇ ਉਸੇ ਤਰ੍ਹਾਂ ਉਸ ਛੰਨ ਨੂੰ ਟਰਾਲੇ ਦੇ ਉੱਤੇ ਲੱਦ ਕੇ ਇੱਥੇ ਪੰਜਾਬ ਲਿਆਂਦਾ ਹੈ ਹਾਲਾਂਕਿ 13 ਦਸੰਬਰ ਦੀ ਸ਼ਾਮ ਤੱਕ ਇਹ ਜਿਹੜਾ ਟਰਾਲਾ ਹੈਗਾ ਉਹ ਅੱਧ ਤੱਕ ਹੀ ਪਹੁੰਚਿਆ ਅਤੇ 14 ਦਸੰਬਰ ਨੂੰ ਮੋਹਾਲੀ ਦੇ ਵਿੱਚ ਗੇੜਾ ਲਵਾਇਆ ਜਾਵੇਗਾ ਅਤੇ ਇਸ ਟਰਾਲੇ ਨੂੰ ਇਸ ਛੰਨ ਨੂੰ ਬਠਿੰਡੇ ਜਾ ਕੇ ਸਥਾਪਿਤ ਕੀਤਾ ਜਾਏਗਾ ਚਾਹੇ ਉੱਥੇ ਸਾਂਝੀ ਸੱਥ ਵਾਲੇ ਨੌਜਵਾਨ ਹੋਣ ਇਹਨਾਂ ਸਾਰਿਆਂ ਦੇ ਵੱਲੋਂ 13 ਦਸੰਬਰ ਨੂੰ ਚਾਲੇ ਪਾਏ ਗਏ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਜਿਹੜੀਆਂ ਅਸੀਂ ਛੰਨਾਂ ਲਿਜਾ ਰਹੇ ਹਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜਿਹੜਾ ਹੈਗਾ ਕਿਸੇ ਲਾਲਚ ਕਰਕੇ ਲੈ ਕੇ ਜਾ ਰਹੇ ਹਾਂ ਇਸ ਦੇ ਦੋ ਕਾਰਨ ਹੈਗੇ ਨੇ ਇੱਕ ਤਾਂ ਅਸੀਂ ਮੋਰਚੇ ਦੀ ਇੱਕ ਯਾਦ ਸਾਂਭ ਕੇ ਰੱਖਣਾ ਚਾਹੁੰਦੇ ਹਾਂ ਅਤੇ ਦੂਸਰਾ ਇਹ ਕਿ ਜਦੋਂ ਤੁਸੀਂ ਦੁਬਾਰਾ ਜੇ ਤੁਸੀਂ ਦੁਬਾਰਾ ਸਾਡੇ ਨਾਲ ਵਧੀਕੀ ਕਰੋ ਤਾਂ ਅਸੀਂ ਆਪਣੀਆਂ ਛੰਨਾਂ ਨੂੰ ਉਸੇ ਤਰ੍ਹਾਂ ਚੱਕ ਕੇ ਲੈ ਆਈਏ ਕਿਉਂਕਿ ਇਹਨਾਂ 'ਤੇ ਪੈਸਾ ਲੱਗਿਆ ਹਜ਼ਾਰਾਂ ਲੱਖਾਂ ਰੁਪਏ ਲੱਗੇ ਨੇ ਛੰਨਾਂ ਬਣਾਉਣ 'ਤੇ ਅਤੇ ਅਸੀਂ ਆਪਣੀ ਤਿਆਰੀ ਹੈ ਜਿਹੜੀ ਉਹ ਪੂਰੀ ਰੱਖਾਂਗੇ ਜੇ ਮੁੜ ਕੇ ਤੁਸੀਂ ਸਾਨੂੰ ਬੁਲਾਇਆ ਸਾਨੂੰ ਮਜਬੂਰ ਕੀਤਾ ਤਾਂ ਅਸੀਂ ਉਸੇ ਤਰ੍ਹਾਂ ਆਪਣਾ ਸਾਜੋ ਸਮਾਨ ਚੁੱਕ ਕੇ ਇੱਥੇ ਆ ਜਾਵਾਂਗੇ ਸੋ ਭਾਵੁਕ ਕਰਨ ਵਾਲੀਆਂ ਤਸਵੀਰਾਂ ਨੇ ਦਿੱਲੀ ਦੇ ਕਈ ਪਰਿਵਾਰ ਨੇ ਸਥਾਨਕ ਪਰਿਵਾਰ ਨੇ ਜਿਹੜੇ ਇਹਨਾਂ ਨੂੰ ਮਿਲਦੇ ਦੇਖੇ ਗਏ ਜੈਕਾਰਿਆਂ ਦੀ ਗੂੰਜ ਦੇ ਵਿੱਚ ਉੱਥੋਂ ਰਵਾਨਗੀ ਹੋਈ ਹੈ ਸਾਰੀਆਂ ਖੂਬਸੂਰਤ ਤਸਵੀਰਾਂ ਆਖਰੀ ਸਮੇਂ ਦੀਆਂ ਤੁਹਾਨੂੰ ਦਿਖਾਉਂਦੇ ਹਾਂ ਸਹੀ ਮਾਇਨੇ ਵਿੱਚ ਉਹ ਕਰ ਹੁੰਦਾ ਜੋ ਸਭ ਨੂੰ ਆਖੇ ਜੀਆਂ ਨੂੰ ਦਰ ਅਸਲ ਚ ਉਹੀ ਦਰ ਹੁੰਦਾ
ਜਾ ਵੇਖੋ ਉੱਚਿਆ ਮਹਿਲਾਂ ਵਿੱਚ ਕੋਈ ਕਮੀ ਜਹੀ ਰੜਕੀ ਜਾਵੇ ਜਿੱਥੇ ਸਭ ਤੋਂ ਵੱਧ ਸਕੂਨ ਮਿਲੇ ਜਿੱਥੇ ਸਭ ਤੋਂ ਵੱਧ ਸਕੂਨ ਮਿਲੇ ਘਰ ਨੂੰ ਹੀ ਮਿਲਿਆ ਅਰਹੰਦਾ ਆਖਰੀ ਤਸਵੀਰਾਂ ਹੈਗੀਆਂ ਨੇ ਬੜੇ ਹੌਸਲੇ ਦੇ ਨਾਲ ਜਿੱਤ ਕੇ ਜਾ ਰਹੇ ਨੇ 11 ਮਾਰਚ ਨੂੰ ਜਦੋਂ ਵਾਪਸੀ ਹੋਈ ਹੈ ਉਦੋਂ ਵੀ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਸੀ ਉਧਰ ਤੁਸੀਂ ਦੇਖ ਸਕਦੇ ਹੋ ਸਾਰੇ ਕਿਸਾਨੀ ਦੇ ਝੰਡੇ ਲੈ ਕੇ ਖੜੇ ਹੋਏ ਨੇ ਤੇ ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕਾਫਲਾ ਵੀ ਸਿੰਘੂ ਬਾਰਡਰ ਤੋਂ ਰਵਾਨਾ ਹੋਇਆ ਹੈ ਤੇ 13 ਦਸੰਬਰ ਦੀ ਰਾਤ ਨੂੰ ਇਹ ਕਾਫਲਾ ਸ੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਪਹੁੰਚਿਆ ਹੈ ਇੱਥੇ ਨਤਮਸਤਕ ਹੋਇਆ ਥਾਂ ਥਾਂ ਤੇ ਲੋਕਾਂ ਦੇ ਵੱਲੋਂ ਇਹਨਾਂ ਦਾ ਸਵਾਗਤ ਕੀਤਾ ਗਿਆ ਫੁੱਲਾਂ ਦੀ ਵਰਖਾ ਕੀਤੀ ਗਈ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਾਏ ਗਏ ਅਤੇ 14 ਦਸੰਬਰ ਨੂੰ ਇਹ ਕਾਫਲਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਚੱਲ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇਗਾ ਉੱਥੇ ਨਤਮਸਤਕ ਹੋਵੇਗਾ ਸਰਵਣ ਸਿੰਘ ਪੰਧੇਰ ਦੇ ਨਾਲ ਅਸੀਂ ਖਾਸ ਤੌਰ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਐਲਾਨ ਕੀਤਾ ਕਿ ਜੰਗ ਜਿੱਤੀ ਗਈ ਹੈ ਹਾਲਾਂਕਿ ਕਈ ਜਿਹੜੀਆਂ ਮੰਗਾਂ ਹੈਗੀਆਂ ਨੇ ਉਹਨਾਂ 'ਤੇ ਥੋੜ੍ਹਾ ਬਹੁਤ ਸਮਝੌਤਾ ਤਾਂ ਕੀਤਾ ਗਿਆ ਪਰ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਡਟੇ ਰਹਿਣ ਦਾ ਐਲਾਨ ਕੀਤਾ ਸੀ ਅਤੇ ਅਸੀਂ ਨਾਲ ਡਟੇ ਰਹੇ ਹਾਂ ਪਰ ਸਾਡਾ ਜਿਹੜਾ ਸਿਆਸਤ ਵਿੱਚ ਆਉਣ ਦਾ ਕੋਈ ਦੂਰ ਦੂਰ ਤੱਕ ਦਾ ਵੀ ਇਰਾਦਾ ਨਹੀਂ ਹੈ ਕਿਉਂਕਿ ਸਿਆਸਤ ਵਿੱਚ ਆ ਕੇ ਅਸੀਂ ਇਹ ਬਦਲਾਅ ਨਹੀਂ ਕਰ ਸਕਦੇ ਜੋ ਅਸੀਂ ਲੋਕਾਂ ਦੀ ਤਾਕਤ ਬਣ ਕੇ ਕਰਵਾਇਆ ਹੈ ਸਰਕਾਰ ਨੂੰ ਝੁਕਣ ਦੇ ਲਈ ਮਜਬੂਰ ਕੀਤਾ ਅਤੇ ਨਾਲ ਹੀ ਉਹ ਆਉਂਦੇ ਆਉਂਦੇ ਰਾਹ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦੇ ਕੇ ਆਏ ਨੇ ਕਿ ਸਾਡੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਕੋਲੇ ਮੰਗਾਂ ਲੰਬਿਤ ਨੇ ਉਹ ਸਾਰੀਆਂ ਮੰਨ ਲਈਆਂ ਜਾਣ ਅਤੇ ਉਹਨਾਂ ਨੇ ਰੇਲ ਰੋਕੋ ਅੰਦੋਲਨ ਦਾ ਵੀ ਐਲਾਨ ਕਰ ਦਿੱਤਾ ਕਿ ਹੁਣ ਪੰਜਾਬ ਦੇ ਵਿੱਚ ਸੰਘਰਸ਼ ਜਾਰੀ ਹੋ ਗਿਆ MSP ਤੇ ਜਾਂ ਬਿਜਲੀ ਸੰਸ਼ੋਧਨ ਬਿੱਲ ਤੇ ਜਾਂ ਹੋਰ ਮੁੱਦਿਆਂ ਤੇ ਸਰਕਾਰ ਦਾ ਪੱਕ ਕਲੀਅਰ ਨਹੀਂ ਹੈਗਾ ਵੇਖਣਾ ਪਊਗਾ ਜੇ ਭੱਜਣਗੇ ਤਾਂ ਭਾਈ ਨਾ ਤਾਂ ਸਾਥੋਂ ਦਰੀ ਮੁੱਕੀ ਆ ਨਾ ਪੰਜਾਬ ਹਰਿਆਣਾ ਦੇ ਲੋਕ ਥੱਕੇ ਆ ਨਾ ਦੇਸ਼ ਥੱਕਾ ਵਾ ਆਵਾਂਗੇ ਕੋਈ ਗੱਲ ਨਹੀਂ ਸਿੱਖਾਂ ਨੂੰ ਪੂਰੀ ਦੁਨੀਆ 'ਚ ਮਾਣ ਮਿਲਿਆ ਪੰਜਾਬੀਆਂ ਨੂੰ ਜਿਵੇਂ ਖਾਲਿਸਤਾਨੀ ਹੁਣ ਭਾਰਤੀਆਂ ਨੂੰ ਲੱਗਾ ਵੀ ਅਸੀਂ ਖਾਲਿਸਤਾਨੀ ਨਹੀਂ ਹੈਗੇ ਅਸੀਂ ਦੇਸ਼ ਦੇ ਸਭ ਤੋਂ ਵੱਡੇ ਰਾਖੇ ਹੈਗੇ ਹਾਂ ਤੋ ਜਿਹੜਾ ਮਰਾਲ ਆ ਹੁਣ ਦੇਸ਼ ਸਾਡੇ ਨਾਲ ਵੱਧ ਖੜੂਗਾ ਵੱਧ ਲੜੂਗਾ ਅਤੇ ਦੇਸ਼ ਸਾਡੇ ਨਾਲ ਖੜੂਗਾ ਲੜੂਗਾ ਤਾਂ ਅਸੀਂ ਮੋਦੀ ਨੂੰ ਨਹੀਂ ਭਾਈ ਅੱਗੇ ਆਉਣ ਦਿੰਦੇ 15% ਤੋਂ ਵੱਧ ਪੰਜਾਬ ਜਥੇਬੰਦ ਨਹੀਂ ਹੈਗਾ ਇਹਦਾ ਮਤਲਬ 85% ਤਾਂ ਗੈਰ ਜਥੇਬੰਦ ਨੇ ਸਾਡੇ ਨਾਲ ਜਥੇਬੰਦ ਕਰਨ ਦੀ ਲੋੜ ਆ ਅਸੀਂ ਦੇਖੋ ਕਿਸਾਨ ਮਜ਼ਦੂਰ ਲਹਿਰ ਦਾ ਵਿਕਾਸ ਆਮ ਜਨਤਾ ਦਾ ਵਿਕਾਸ ਇਲੈਕਸ਼ਨ ਜਿੱਤ ਕੇ ਨਹੀਂ ਚਾਹੁੰਦੇ ਅਸੀਂ ਕੱਲ੍ਹ ਵੀ ਮੁੱਦਿਆਂ 'ਤੇ ਰਾਜਨੀਤੀ ਕਰਦੇ ਸੀ ਪਰਸੋਂ ਵੀ ਇਹੀ ਕਰਾਂਗੇ ਜਿਹੜੇ ਮੁੱਦੇ ਪੰਜਾਬ ਦੇ ਰਹਿੰਦੇ ਨੇ ਦੇਸ਼ ਦੇ ਰਹਿੰਦੇ ਨੇ ਉਹਨਾਂ ਨੂੰ ਚੱਕਾਂਗੇ ਜਿਹੜੇ ਹਕਮਰਾਨ ਨੇ ਉਹਨਾਂ ਨੂੰ ਮਜਬੂਰ ਕਰਾਂਗੇ ਉਹ ਮੁੱਦਿਆਂ ਦੇ ਉੱਤੇ ਇਲੈਕਸ਼ਨ ਹੋਵੇ ਕੁਛ ਜਿਹੜੇ ਕਹਿੰਦੇ ਸੀ $2.5 ਲੱਖ ਕਰੋੜ ਆਇਆ ਅਜੇ ਤੱਕ ਤਾਂ ਦੇ ਨਹੀਂ ਸਕੇ ਸਾਨੂੰ ਨਾ ਤਾਂ ਲਾਤਾ ਜੇ ਮੋਦੀ ਜੀ ਨੂੰ ਕੋਈ NRI ਭਰਾ ਥੋੜ੍ਹੇ ਪੈਸੇ ਵੀ ਭੇਜਦਾ ਤਾਂ ਉਹਨੂੰ ਉਹ ਏਅਰਪੋਰਟ ਤੋਂ ਵਾਪਸ ਕਰ ਸਕਦਾ ਉਹਦਾ ਅੰਦੋਲਨ 'ਚ ਸਾਡੇ ਵਾਲਾ $2.5 ਲੱਖ ਕਰੋੜ ਪੈਦਾ ਨਹੀਂ ਕਿੱਥੋਂ ਆਇਆ ਕਿੱਥੇ ਚੱਲਾ ਗਿਆ ਦੇਣ ਅੱਜ ਵੀ ਜੇ ਅਜੇ ਉਹ ਬੋਲਦੇ ਨਹੀਂ ਹੁਣ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਦਿੰਦੇ ਤਾਂ ਮੈਂ ਝੂਠੇ ਹੈਗੇ ਨੇ ਇਹ ਤਾਂ ਲੋਕਾਂ ਨੇ ਕਿਸੇ ਦੇ ਕਿਹਾ ਕੋਈ ਸਰਦਾਰ ਜਾਂ ਗੱਦਾਰ ਨਹੀਂ ਹੁੰਦਾ ਇਹ ਤਾਂ ਦੁਨੀਆ ਤੈਅ ਕਰਦੀ ਹੁੰਦੀ ਆ ਨਾ ਕਿਸੇ ਕੋਲ ਡਰਦੇ ਹਾਂ ਅਸੀਂ ਹੁਣ ਵੀ ਬੋਲ ਸਕਦੇ ਹਾਂ ਲਹਿਰ ਕਰਕੇ ਨਹੀਂ ਬੋਲਦੇ ਰਹੇ ਜਵਾਬ ਉਹਨਾਂ ਨੂੰ ਵੀ ਦੇ ਸਕਦੇ ਹਾਂ ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਲੀਡਰ ਹੈਗੇ ਨੇ ਉਹ ਸਾਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਜੇਤੂ ਫਤਿਹ ਮਾਰਚ ਕੱਢਦੇ ਹੋਏ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਇਹ ਸਾਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਗੁਰਨਾਮ ਸਿੰਘ ਚੜੂਨੀ ਹਰਮੀਤ ਸਿੰਘ ਕਾਦੀਆਂ ਮਨਜੀਤ ਸਿੰਘ ਰਾਏ ਸਮੇਤ ਹੋਰ ਜਿਹੜੇ 32 ਕਿਸਾਨ ਜਥੇਬੰਦੀਆਂ ਦੇ ਲੀਡਰ ਹੈਗੇ ਨੇ ਉਹ ਸਾਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਇਹਨਾਂ ਦਾ
ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇ ਕਿਸਾਨ ਲੀਡਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾਕਟਰ ਸਵਾਇਮਾਨ ਸਿੰਘ ਅਮਰੀਕਾ ਤੋਂ ਜਿਹੜੇ ਆ ਕੇ ਇੱਥੇ ਮੋਰਚੇ ਦੇ ਵਿੱਚ ਡਟੇ ਹੋਏ ਸਨ, ਉਹ ਵੀ ਵੱਡੇ ਕਾਫਲੇ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਇਹਨਾਂ ਨੇ ਟਿੱਕਰੀ ਬਾਰਡਰ ਤੇ ਕੈਲੀਫੋਰਨੀਆ ਪਿੰਡ ਬਣਾ ਕੇ ਕਿਸਾਨਾਂ ਨੂੰ ਲਗਾਤਾਰ ਸੇਵਾਵਾਂ ਦਿੱਤੀਆਂ ਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰਿਆਂ ਦਾ ਹੀ ਨਿੱਘਾ ਸਵਾਗਤ ਕੀਤਾ ਤੇ ਜਿਹੜੇ ਜਿਹੜੇ ਵੀ ਕਿਸਾਨ ਪਹੁੰਚਣਗੇ, ਕਾਫਲੇ ਪਹੁੰਚਣਗੇ, ਉਹਨਾਂ ਦਾ ਸਨਮਾਨ ਕੀਤਾ ਜਾਏਗਾ। ਇਸ ਦੇ ਨਾਲ ਹੀ ਨਿਹੰਗ ਸਿੰਘਾਂ ਦਾ ਕਾਫਲਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਸਿੰਘੂ ਬਾਰਡਰ ਤੋਂ 11 ਦਸੰਬਰ ਨੂੰ ਰਵਾਨਾ ਹੋਇਆ ਸੀ, ਉਹ ਵੀ 15 ਦਸੰਬਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਨਤਮਸਤਕ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਚੱਲੇ ਇਸ ਕਾਫਲੇ ਦਾ ਵੀ ਥਾਂ ਥਾਂ ਤੇ ਭਰਵਾਂ ਸਵਾਗਤ ਕੀਤਾ ਜਾ ਰਿਹਾ। ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਸਿਰਫ ਅੰਦੋਲਨ ਨੂੰ ਸਸਪੈਂਡ ਕੀਤਾ, ਅੰਦੋਲਨ ਵਾਪਸ ਨਹੀਂ ਲਿਆ ਗਿਆ, ਅੰਦੋਲਨ ਖਤਮ ਨਹੀਂ ਹੋਇਆ ਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਾਨੂੰ ਅੰਦੋਲਨ ਨੂੰ ਸਫਲਤਾਪੂਰਵਕ ਖਤਮ ਕਰਨ ਦੀ ਤਾਕਤ ਦੇਵੇ। ਰਾਜੇਵਾਲ ਨੇ ਮੰਜੀ ਸਾਹਿਬ ਦੀ ਸਟੇਜ ਤੋਂ ਇਹ ਜਿਹੜਾ ਬਿਆਨ ਦਿੱਤਾ। ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਫੰਡਾਂ ਨੂੰ ਲੈ ਕੇ। ਡੱਲੇਵਾਲ ਨੇ ਦਾਅਵਾ ਕੀਤਾ ਹੈ ਕਿ ਕੱਲੀ ਕੱਲੀ ਜਥੇਬੰਦੀ ਨੇ ਬਾਹਰੋਂ ਪੈਸੇ ਮੰਗਵਾਏ ਨੇ, ਇੱਕ ਕੱਲਾ ਮੈਂ ਹੀ ਹਾਂ, ਬਾਂਹ ਖੜੀ ਕਰਕੇ ਕਹਿ ਸਕਦਾ ਕਿ ਮੈਂ ਇੱਕ ਵੀ ਪੈਸਾ ਬਾਹਰੋਂ ਨਹੀਂ ਮੰਗਵਾਇਆ। ਕੋਈ ਵੀ NRI ਸਿੱਧ ਕਰਕੇ ਦਿਖਾਵੇ ਕਿ ਡੱਲੇਵਾਲ ਨੇ ਉਹਨਾਂ ਕੋਲੋਂ 5 ਰੁਪਈਏ ਤੱਕ ਵੀ ਲਏ ਹੋਣ। ਕਹਿੰਦੇ ਸਵੇਰੇ ਕੁਝ ਬੰਦੇ ਮੇਰੇ ਕੋਲ ਆ ਕੇ ਮੈਨੂੰ ਚੋਣਾਂ ਲੜਨ ਬਾਰੇ ਵੀ ਕਹਿਣ ਲੱਗੇ ਸੀ, ਪਰ ਮੈਂ ਜਦੋਂ ਤੱਕ ਜਥੇਬੰਦੀ ਦਾ ਪ੍ਰਧਾਨ ਹਾਂ ਮੈਂ ਚੋਣਾਂ ਲੜ ਹੀ ਨਹੀਂ ਸਕਦਾ। ਜਥੇਬੰਦੀਆਂ ਵਿੱਚ ਕੁਝ ਲੋਕ ਮੈਦਾਨ ਵਿੱਚ ਉਤਰੇ ਫਿਰਦੇ ਨੇ ਕਿ ਅਸੀਂ ਮੁੱਖ ਮੰਤਰੀ ਬਣਨਾ, ਪਰ ਮੈਂ ਅਜਿਹੇ ਕਿਸੇ ਲਾਲਚ ਦੇ ਵਿੱਚ ਨਹੀਂ ਹਾਂ ਤੇ ਨਾ ਹੀ ਆਵਾਂਗਾ। ਡੱਲੇਵਾਲ ਨੇ NRIs ਨੂੰ ਵੀ ਬੇਨਤੀ ਕਰਦਿਆਂ ਕਿਹਾ ਕਿ ਅੰਦੋਲਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ, ਹੁਣ ਕਿਧਰੇ ਫੇਰ ਉਹ ਸਾਡੇ ਪਿੱਛੇ ਉੱਜੜ ਨਾ ਜਾਣ ਕਿ ਕਿਸਾਨ ਚੋਣਾਂ ਲੜ ਰਹੇ ਨੇ। ਸੋ ਡੱਲੇਵਾਲ ਦਾ ਇਹ ਬਿਆਨ ਕਾਫੀ ਡੂੰਘਾ ਬਿਆਨ ਹੈ ਜਿਹੜਾ ਦਰਸਾਉਂਦਾ ਹੈ ਕਿ ਕੁਛ ਕਿਸਾਨ ਲੀਡਰ ਬੜੇ ਤਰਲੋ ਮੱਛੀ ਹੋਏ ਫਿਰਦੇ ਨੇ ਚੋਣਾਂ ਦੇ ਵਿੱਚ ਨਿਤਰਨ ਦੇ ਲਈ, ਨਾਲੇ NRI ਪੰਜਾਬੀਆਂ ਤੋਂ ਪੈਸਾ ਛਿੱਲਣ ਦੇ ਲਈ। ਸੋ ਇਹ ਡੱਲੇਵਾਲ ਨੇ ਬਿਆਨ ਕਿਹੜੇ ਲੀਡਰਾਂ ਲਈ ਦਿੱਤਾ ਹੈ ਇਸ ਬਾਰੇ ਅਸੀਂ ਕੋਈ ਵੀ ਸੰਕੇਤ ਨਹੀਂ ਦੇ ਸਕਦੇ। ਯੂਪੀ ਦੇ ਜਿਹੜੇ ਕਿਸਾਨ ਲੀਡਰ ਹੈਗੇ ਨੇ ਚੌਧਰੀ ਰਾਕੇਸ਼ ਟਿਕੈਤ, ਉਹ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਤੇ ਉਹਨਾਂ ਦਾ ਸ਼ਾਨਦਾਰ ਸਵਾਗਤ ਇੱਥੇ ਕੀਤਾ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਨਮਾਨਿਤ ਵੀ ਕੀਤਾ। ਕਿਸਾਨ ਲੀਡਰ ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਪਹੁੰਚੇ, ਉੱਥੇ ਹੀ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਿਸਾਨਾਂ ਨੂੰ ਮਿਲੀ ਸਫਲਤਾ ਨੂੰ ਲੈ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਤੜਕੇ 4 ਵਜੇ ਦੇ ਕਰੀਬ ਰੰਧਾਵਾ ਦਰਬਾਰ ਸਾਹਿਬ ਪਹੁੰਚੇ ਤੇ ਪਾਲਕੀ ਸਾਹਿਬ ਦੀ ਸੇਵਾ ਕੀਤੀ, ਕੀਰਤਨ ਸਰਵਣ ਕੀਤਾ, ਹੁਕਮਨਾਮਾ ਸੁਣ ਕੇ ਵਾਪਸੀ ਦੇ ਲਈ ਚਾਲੇ ਪਾਏ। ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸੀ ਲੀਡਰ ਭਗਵੰਤ ਪਾਲ ਸਿੰਘ ਸੱਚਰ ਤੇ ਹੋਰ ਵੀ ਲੀਡਰ ਹਾਜ਼ਰ ਸਨ। ਉਹਨਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਗੁਰੂ ਰਾਮਦਾਸ ਜੀ ਦੀ ਅਪਾਰ ਕਿਰਪਾ ਸਦਕਾ ਸਾਡੇ ਕਿਸਾਨਾਂ ਨੂੰ ਸੰਘਰਸ਼ ਦੇ ਵਿੱਚ ਕਾਮਯਾਬੀ ਮਿਲੀ ਹੈ। ਮੋਦੀ ਸਰਕਾਰ ਜੋ ਕਿ ਆਪਣੇ ਅੱਖੜ ਰਵੱਈਏ ਕਰਕੇ ਜਾਣੀ ਜਾਂਦੀ ਹੈ, ਉਸਨੂੰ ਪੰਜਾਬ ਦੇ ਕਿਸਾਨਾਂ ਨੇ ਜਿਸ ਦ੍ਰਿੜਤਾ ਦੇ ਨਾਲ ਸੰਘਰਸ਼ ਕਰਕੇ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਤੇ ਇੱਕ ਹੋਰ ਤਸਵੀਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪਾਣੀਪਤ ਟੋਲ ਪਲਾਜ਼ੇ ਦੀ। ਜਦੋਂ ਸਿੰਘੂ ਬਾਰਡਰ ਤੋਂ ਪੰਜਾਬ ਵੱਲ ਨੂੰ ਕਾਫਲਾ ਤੁਰਿਆ ਆ ਰਿਹਾ ਸੀ ਤਾਂ ਅਸੀਂ ਤਸਵੀਰਾਂ ਦੇਖੀਆਂ ਕਿ ਇੱਥੇ ਟੋਲ ਪਲਾਜ਼ਾ ਜਿਹੜਾ ਉਹ 13 ਦਸੰਬਰ ਨੂੰ ਦੁਪਹਿਰੇ 12 ਵਜੇ ਤੋਂ ਚਾਲੂ ਕਰ ਦਿੱਤਾ ਗਿਆ ਸੀ। ਇੱਥੇ ਕਿਸਾਨਾਂ ਦੀਆਂ ਕੁਛ ਟਰਾਲੀਆਂ ਟਰੱਕ ਜਾ ਰਹੇ ਸੀ ਕਿਸਾਨਾਂ ਤੋਂ, ਜਦੋਂ ਇਹਨਾਂ ਟੋਲ ਪਲਾਜ਼ੇ ਵਾਲਿਆਂ ਨੇ ਟੋਲ ਮੰਗਿਆ ਤਾਂ ਕਿਸਾਨਾਂ ਨੇ ਸਵਾਲ ਚੁੱਕਿਆ ਕਿ ਅਸੀਂ ਤਾਂ 15 ਦਸੰਬਰ ਤੱਕ ਆਪਣੇ ਧਰਨੇ ਸਮਾਪਤ ਕਰਨੇ ਨੇ, ਉਸ ਤੋਂ ਪਹਿਲਾਂ ਤੁਸੀਂ ਕਿਸ ਤਰੀਕੇ ਨਾਲ ਟੋਲ ਸ਼ੁਰੂ ਕਰ ਰਹੇ ਹੋ। ਤਾਂ ਉਹਨਾਂ ਨੇ ਤੁਰੰਤ ਕਿਸਾਨਾਂ ਦੀਆਂ ਗੱਡੀਆਂ ਨੂੰ ਤਾਂ ਲੰਘਾ ਦਿੱਤਾ, ਪਰ ਬਾਕੀ ਗੱਡੀਆਂ ਨੂੰ ਉਹਨਾਂ ਨੇ ਫਿਰ ਟੋਲ ਲੈਣ ਦੇ ਲਈ ਰੋਕ ਲਿਆ। ਉਸ ਤੋਂ ਬਾਅਦ ਕਿਸਾਨ ਟਰਾਲੀਆਂ ਦੇ ਵਿੱਚੋਂ ਉੱਤਰ ਕੇ ਆਏ ਤੇ ਉਹਨਾਂ ਨੇ ਸਾਰੀਆਂ ਜਿਹੜੀਆਂ ਟਰਾਲੀਆਂ, ਸਾਰੇ ਜਿਹੜੇ ਵਾਹਨ ਸੀ ਉਹਨਾਂ ਨੂੰ ਲੰਘਾ ਦਿੱਤਾ, ਕਿਉਂਕਿ ਕਿਸਾਨਾਂ ਦਾ ਅੰਦੋਲਨ ਖਤਮ ਹੁੰਦਿਆਂ ਹੀ ਟੋਲ ਪਲਾਜ਼ੇ ਵਾਲੇ ਹੁਣ ਲੋਕਾਂ ਨੂੰ ਲੁੱਟਣ ਲਈ ਕਾਲੇ ਪੈ ਗਏ ਨੇ। ਇਹਨਾਂ ਦਿਨਾਂ ਦੇ ਵਿੱਚ ਚੁੱਪ ਚੁਪੀਤੇ ਟੋਲ ਦੇ ਜਿਹੜੇ ਰੇਟ ਨੇ ਉਹ ਵੀ ਕਈ ਕਈ ਗੁਣਾ ਵਧਾ ਦਿੱਤੇ ਗਏ ਨੇ।
किसानों ने जदों देखा कि फिर तो परचियां कट रहे ने तो इन्होंने प्रबंधकों नूं ताड़िया ते वाहनां नूं बिना परची कटवाया लंघा दिता। उस तो बाद जिहड़े भी टोल तो किसान लंघदे सी तां टोल प्लाजे वाले अपने आप ही जिहड़ा हैगा उह फट्टा चुक के किसानों नूं लंघा रहे सी, बिना परची लए उन्हां नूं लंघाया जा रहा सी। तो सारे किसान ने जिहड़े इन्हां दे काफले आपो अपने पिंडां शहरां दे विच पहुंच रहे ने ते इन्हां दे जोरदार स्वागत किए जा रहे ने। पंजाब पुलिस ने भी किसानां दी इतिहासिक जित दे लई उन्हां नूं वधाई दित्ती है। पंजाब पुलिस ने किसानां दा इस संघर्ष विच डटे रहने लई शुकराना किया, फुल्लां दी वर्खा करके उन्हां नूं मुड़ पंजाब वापसी ते स्वागत किया। जिहड़ियां भी किसानां दीआं गड्डियां ट्रैक्टर लंघ रहे सी, पुलिस मुलाजम इन्हां ते फुल वरसा रहे सी। पंजाब पुलिस ने ट्वीट करके भी किसानां दा धन्नवाद किया, लिखिआ कि साडे लोकां बचाउण ते उन्हां लई डटे रहने लई शुक्रिया। नाल ही उन्होंने एक दिल का निशान बना के दर्शाया कि किसान देश का दिल ने। ट्वीट विच किसानां दे फतेह मार्च दौरान घर वापसी दी एक वीडियो भी सांझी की गई है, जिस विच पंजाब पुलिस दे मुलाजम किसानां दे ट्रैक्टरां ते फुल भरा रहे ने ते किसानां दी जित दी खुशी मनाउंदे देखे जा रहे ने। किसानां दे संघर्ष ते कंगना रणौत दे नाल जुड़ी अगली खबर है। मुंबई पुलिस ने बॉम्बे हाई कोर्ट नूं सूचित कीता कि कथित तौर ते किसान अंदोलन नूं वक्खवादी समूह नाल जोड़ के सोशल मीडिया ते पोस्ट करन दे मामले दे विच पुलिस बॉलीवुड अदाकारा कंगना रणौत नूं 25 जनवरी तक गिरफ्तार नहीं करेगी। पुलिस दे ए बयान जस्टिस नितिन जामदार अते जस्टिस सारंग कोतवाल दे बेंच वल्लों ए कहे जाण तों बाद दित्ते गए ने कि ए मामला रणौत दी बोलण दी आजादी दे मौलिक अधिकार दे वड्डे सवाल नाल संबंधित है ते अदालत उस नूं कुछ अंतिम राहत देवेगी। यानी कि कंगना रणौत किसे बारे भी कुछ भी बोल सकदी है, ए बोलण दी आजादी नाल संबंधित है। रणौत ने इस महीने दी शुरुआत विच हाईकोर्ट च पटीशन दायर करके मुंबई दे खार पुलिस थाने विच सिख लीडरां दी शिकायत दे आधार ते नवंबर महीने विच दर्ज FIR रद्द करन दी अपील ਕੀਤੀ ਹੈ। ਦਰਅਸਲ ਸਿੱਖ ਲੀਡਰਾਂ ਦੀ ਸ਼ਿਕਾਇਤ ਦੇ ਆਧਾਰ ਤੇ ਰਣੌਤ ਦੇ ਖਿਲਾਫ FIR ਦਰਜ ਕੀਤੀ ਗਈ ਸੀ। ਇਹਨਾਂ ਨੇ ਦਾਅਵਾ ਕੀਤਾ ਸੀ FIR ਦੇ ਵਿੱਚ ਕਿ ਰਣੌਤ ਨੇ ਆਪਣੇ ਇੰਸਟਾਗ੍ਰਾਮ ਪੋਸਟ ਦੇ ਵਿੱਚ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਖਾਲਿਸਤਾਨੀ ਅੰਦੋਲਨ ਦੇ ਰੂਪ ਚ ਪੇਸ਼ ਕੀਤਾ। ਪੰਜਾਬ ਭਰ ਦੇ ਵਿੱਚ ਵੱਡੇ ਵੱਡੇ ਬੋਰਡ ਲਾ ਕੇ ਮੁਲਾਜ਼ਮ ਪੱਖੀ ਕਹਾਉਣ ਵਾਲੀ ਚੰਨੀ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਇੱਕ ਹੋਰ ਮਾਰੂ ਫੈਸਲਾ ਸਾਹਮਣੇ ਆਇਆ। ਪੰਜਾਬ ਸਰਕਾਰ ਨੇ ਪੇਂਡੂ ਖੇਤਰ ਵਿੱਚ ਨੌਕਰੀਆਂ ਕਰ ਰਹੇ ਮੁਲਾਜ਼ਮਾਂ ਦੇ ਪੇਂਡੂ ਭੱਤੇ ਉੱਤੇ ਹੀ ਰੋਕ ਲਾ ਦਿੱਤੀ ਹੈ। ਮੁਲਾਜ਼ਮਾਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਜੋ ਪਹਿਲਾਂ ਪੇਂਡੂ ਭੱਤਾ ਘਟਾਇਆ ਗਿਆ ਸੀ, ਹੁਣ ਉਸ ਤੇ ਪੂਰਨ ਤੌਰ ਤੇ ਰੋਕ ਹੀ ਲਾ ਦਿੱਤੀ ਹੈ। ਇਸ ਰੋਕ ਦੇ ਚੱਲਦਿਆਂ ਪੰਜਾਬ ਦੇ ਵੱਡੀ ਗਿਣਤੀ ਮੁਲਾਜ਼ਮਾਂ ਨੂੰ ਹਾਲੇ ਤੱਕ ਪਿਛਲੇ ਮਹੀਨੇ ਦੀਆਂ ਤਨਖਾਹਾਂ ਵੀ ਨਹੀਂ ਮਿਲੀਆਂ। ਮੁਲਾਜ਼ਮਾਂ ਦੀਆਂ ਤਨਖਾਹਾਂ ਸੰਬੰਧੀ ਦਫ਼ਤਰਾਂ ਦੇ ਵੱਲੋਂ ਖਜ਼ਾਨਾ ਦਫ਼ਤਰਾਂ ਵਿੱਚ ਬਿੱਲ ਜਮ੍ਹਾਂ ਕਰਵਾਏ ਗਏ ਸੀ, ਜਿਸ ਤੋਂ ਬਾਅਦ ਹੁਣ ਖਜ਼ਾਨਾ ਦਫ਼ਤਰਾਂ ਨੇ ਇਹ ਕਹਿੰਦੇ ਹੋਏ ਬਿੱਲ ਲੈਣ ਤੋਂ ਨਾਂਹ ਕਰ ਦਿੱਤੀ ਹੈ ਤੇ ਜਿਹੜੇ ਦਫ਼ਤਰ ਪਹਿਲਾਂ ਜਮ੍ਹਾਂ ਕਰਵਾ ਚੁੱਕੇ ਨੇ ਉਹਨਾਂ ਦੇ ਬਿੱਲ ਵਾਪਸ ਕੀਤੇ ਜਾ ਰਹੇ ਨੇ। ਬਿੱਲਾਂ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਪੇਂਡੂ ਭੱਤੇ ਤੇ ਰੋਕ ਲਾ ਦਿੱਤੀ ਗਈ ਹੈ, ਇਸ ਲਈ ਹੁਣ ਦੁਬਾਰਾ ਤੋਂ ਬਿੱਲ ਬਣਾ ਕੇ ਜਮ੍ਹਾਂ ਕਰਵਾਏ ਜਾਣ। ਮੁਲਾਜ਼ਮਾਂ ਨੇ ਕਿਹਾ ਕਿ ਪੇ ਕਮਿਸ਼ਨ ਲਾਗੂ ਕਰਨ ਨਾਲ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਹੋਇਆ ਸੀ, ਪੇਂਡੂ ਭੱਤੇ ਤੇ ਰੋਕ ਲਾਉਣ ਨਾਲ ਫਿਰ ਤੋਂ ਪਹਿਲਾਂ ਵਾਲੀਆਂ ਤਨਖਾਹਾਂ ਦੇ ਉੱਤੇ ਆ ਗਏ ਨੇ। ਸੋ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। DTF ਦੇ ਸੂਬਾ ਪ੍ਰਧਾਨ ਵਿਕਰਮ ਦੇਵ ਨੇ ਸਰਕਾਰ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਪੇਂਡੂ ਖੇਤਰ ਨੂੰ ਪਿੰਡਾਂ ਤੋਂ ਦੂਰ ਕਰਨਾ ਚਾਹੁੰਦੀ ਹੈ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਫੈਸਲਾ ਵਾਪਸ ਨਾ ਲਿਆ ਤਾਂ ਅਸੀਂ ਸੰਘਰਸ਼ ਵਿੱਢਾਂਗੇ ਤਿੱਖਾ। ਤੇ ਪੰਜਾਬ ਦੇ ਵਿੱਚ ਰੋਡਵੇਜ਼ ਤੇ PRTC ਦੇ ਕੱਚੇ ਕਾਮਿਆਂ ਦੀ ਹੜਤਾਲ ਵੀ ਲਗਾਤਾਰ ਜਾਰੀ ਹੈ। ਸਰਕਾਰ ਨੇ ਹਾਲੇ ਤੱਕ ਕੋਈ ਵੀ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਕਦਮ ਨਹੀਂ ਚੁੱਕਿਆ। ਉਧਰ ਪੰਜਾਬ ਦੇ ਵਿੱਚ PRTC ਅਤੇ ਰੋਡਵੇਜ਼ ਦੇ ਕੱਚੇ ਕਾਮਿਆਂ ਦੀ ਹੜਤਾਲ ਵੀ ਲਗਾਤਾਰ ਜਾਰੀ ਹੈ। ਇਸੇ ਦਰਮਿਆਨ ਜਾਣਕਾਰੀ ਮਿਲ ਰਹੀ ਹੈ ਕਿ 14 ਦਸੰਬਰ ਨੂੰ ਇਹਨਾਂ ਦੀ ਸਰਕਾਰ ਦੇ ਨਾਲ ਬੈਠਕ ਵੀ ਹੋਣ ਜਾ ਰਹੀ ਹੈ ਤੇ ਬੈਠਕ ਤੋਂ ਇੱਕ ਦਿਨ ਪਹਿਲਾਂ ਕੱਚਾ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਹੋਣ ਵਾਲੀ ਇਸ ਮੀਟਿੰਗ ਦੇ ਵਿੱਚ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਹੋਏਗਾ, ਤੇਜ਼ ਹੋਏਗਾ ਤੇ ਮੁਲਾਜ਼ਮਾਂ ਨੇ ਕੌਮੀ ਸ਼ਾਹਰਾਹ ਨੂੰ ਜਾਮ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ।
CBSE ने सोमवार नूं 10वीं जमात की अंग्रेजी की प्रीख्या के एक पैरे ते उस नाल संबंधित सवालों नूं हुण हटा दिता है। विद्यार्थियों नूं इस वास्ते पूरे अंक देण दा फैसला भी बोर्ड ने लै लिया। CBSE ने ऐतवार नूं इस मामले नूं विशा माहिरां दे कोल भेजिया सी ते उन्हां कोलों प्रतिक्रिया मंगी सी। CBSE दे प्रीख्या कंट्रोलर संयम भारद्वाज ने कहा है कि 11 दसंबर नूं लई गई CBSE की 10वीं जमात की पहली टर्म की प्रीख्या के अंग्रेजी भाषा ते साहित दे प्रश्न पत्र के एक सैट विच इक सवाल बोर्ड के दिशा निर्देशों के मुताबिक नहीं सी। इस करके हितधारकों तो प्राप्त प्रतिक्रिया के आधार पर मामले नूं विशा माहिरां की कमेटी कोल भेजा गया सी। कमेटी की सिफारिश के मुताबिक पैरे ते उस नाल संबंधित सवालों नूं छड्डण दा फैसला लिया गया। इस सवाल के लिए सारे संबंधित विद्यार्थियों नूं पूरे अंक दिते जाणगे। हुण तुसीं सोचदे होवोगे कि इस पैरे दे विच लिखिया की सी। पैरे दे विच तीन पैरे दिंदिआं प्रीख्यार्थियों नूं उस दे आधार ते पुछे सवालों के जवाब देने लई कहा गया सी। पैरां दे विच कहा गया कि अजोके समें दे विच ज्यादातर अल्लड़ ने जिहड़े अपने आप दे विच लगे रहिंदे ने। इस दी इक वड्डी वजह यह है कि परिवार विच स्पष्ट अधिकार की कमी है। एक सदी पहला पत्नी अपने पति दे कहे विच चलदी सी ते उसकी आज्ञाकारी रहिंदी सी। पति दी गैर हाजिरी दे विच घर विच अनुशासन कायम रखण लई उह बच्चियां नूं कहिंदी सी कि तुहाडे पिता ने मना कीता। इस तरह पत्नी घर दे काम ते बच्चियां वल ज्यादा ध्यान दिंदी सी। पत्नी ते पति दा अधिकार मन के ही बच्चियां तों अपनी गल मनवा सकदी सी। आप पति दी गल मन के उह बच्चियां ते नौकरां दे मूहरे एक मिसाल कायम करदी सी। 20वीं सदी विच बच्चे घट गए ने ते नतीजा नारीवाद सी। इस नाल परिवार अनुशासन ही नहीं बल्कि परिवारिक जिंदगी दे विच भी बदलाव आया है। इस तरह के सवाल जो लिखे गए तो यह पैराग्राफ वायरल होया सोशल मीडिया से, तो फिर लोग ने जिहड़े उह भड़क गए। प्रीख्यार्थी और उन्होंने मापिया ने इतराज़ किया। इस पर प्रियंका गांधी, सोनिया गांधी सारिया ने जिहड़ा इतराज़ जताया। प्रियंका गांधी ने कहा कि असी बच्चों नूं अजिहियां फजूल दीयां गल्लां क्यों सिखा रहे हैं। यह प्रश्न है जिहड़ा लिंग स्टीरियोटाइप नूं बढ़ावा दे रहा है। ट्वीट करके प्रियंका ने कहा कि अविश्वास योग, यानी कि विश्वास नहीं हो रहा असी बच्चों नूं की सिखा रहे हैं। प्रियंका ने केंद्र सरकार ते निशाना साधदे हुए कहा कि की बीजेपी सरकार औरतों खिलाफ अजिहे विचारां दा समर्थन करदी है? जेकर नहीं करदी तां CBSE दे प्रश्न पत्र विच अजिहे सवाल क्यों शामिल कीते गए? सोनिया गांधी ने भी इस ते कहा कि महिला विरोधी पैरा पाया गया है, इस लई मोदी सरकार माफ़ी मंगे। कांग्रेस प्रधान ने लोक सभा दे विच इह मंग चुकी। राहुल गांधी ने भी CBSE ते निशाना साधिया ते दोष लाया कि नौजवानां दी नैतिक शक्ति ते भविख नूं दरड़न वाली RSS ते बीजेपी दी इक साजिश है। फिर हुण CBSE ने माफ़ी है जिहड़ी उह मंग लई है ते सवाल है जिहड़े उह हटा दित्ते गए ने ते इहदे लई पूरे उत्तर पूरे अंक ने जिहड़े उह सारे विद्यार्थियों नूं दित्ते जाणगे। मिस यूनिवर्स 2021 मुकाबले की काफ़ी चर्चा हो रही है। भारत ही नहीं पंजाब दे विच खास करके चर्चा हो रही है क्योंकि इंटरनेशनल ब्यूटी मुकाबले मिस यूनिवर्स 2021 का खिताब हरनाज़ संधू ने अपने नाम किया है। गुरदासपुर के पिंड कोहाली की हरनाज़ कौर संधू के सिर ते ताज सज चुकिया, भावें कि अजकल उन्हां दा परिवार चंडीगढ़ नेड़े खरड़ दे विच रहिंदा है। इस तों पहलां हरनाज़ कौर संधू ने टॉप 10 दे विच थां बणाई ते फिर टॉप 5 विच ते आखिरकार ग्रैंड फिनाले दे विच अंतिम तीन नावां दे विचों हरनाज़ कौर संधू दे नाम दा जेतू वजों ऐलान होया। 70वें मिस यूनिवर्स 2021 दा मुकाबला इज़राइल दे विच होया सी। भारत की झोली मिस यूनिवर्स का यह खिताब 21 साल बाद पिया है। इस तो पहले खिताब लारा दत्ता ने 2000 विच अपने नाम किया सी ते उस तो भी पहला सुष्मिता सेन के नाम यह खिताब आया सी। 21 साल की हरनाज़ कौर ने प्रागवे की नादिया फरेरा ते दक्षणी अफ्रीका की ललीला मसवाने नूं मात दिंदिया यह खिताब अपने नाम किया है ते हरनाज़ कौर लोक प्रशासन विषय दे विच पोस्ट ग्रैजुएशन कर रही है। खिताब जितने तो बाद हरनाज़ कौर संधू ने कहा कि मैं रब, माता पिता अते मिस इंडिया ऑर्गेनाइजेशन का धन्यवाद करदी हाँ जिन्होंने इस सारे सफर दे विच मेरा मार्गदर्शन किया, मेरी मदद की। मेरी जित की कामना ते अरदास करन वाले लोगों नूं खूब सारा प्यार। 21 साल बाद इस माण मत्ते ताज नूं भारत ਲਿਆਉਣਾ ਮੇਰੇ ਲਈ ਮਾਣ ਵਾਲੇ ਪਲ ਨੇ। ਤੇ ਮੁਕਾਬਲੇ ਦੇ ਆਖਰੀ ਸਵਾਲ ਜਵਾਬ ਗੇਟ ਦੇ ਵਿੱਚ ਸੰਧੂ ਤੋਂ ਪੁੱਛਿਆ ਗਿਆ ਸੀ ਕਿ ਮੌਜੂਦਾ ਸਮੇਂ ਦੇ ਵਿੱਚ ਮੁਟਿਆਰਾਂ ਜੋ ਦਬਾਅ ਮਹਿਸੂਸ ਕਰ ਰਹੀਆਂ ਨੇ ਉਸ ਤੋਂ ਨਿਪਟਣ ਦੇ ਲਈ ਉਹ ਉਹਨਾਂ ਨੂੰ ਕੀ ਸਲਾਹ ਦੇਵੇਗੀ। ਤਾਂ ਸੰਧੂ ਨੇ ਜਵਾਬ ਦਿੱਤਾ ਸੀ ਕਿ ਮੌਜੂਦਾ ਸਮੇਂ ਦੇ ਵਿੱਚ ਨੌਜਵਾਨ ਜਿਹੜੇ ਵੱਡੇ ਦਬਾਅ ਦਾ ਸਾਹਮਣਾ ਕਰ ਰਹੇ ਨੇ ਉਹ ਹੈ ਖੁਦ ਤੇ ਵਿਸ਼ਵਾਸ ਨਾ ਕਰਨਾ। ਖੁਦ ਤੇ ਵਿਸ਼ਵਾਸ ਕਰੋ, ਇਹ ਜਾਣੋ ਕਿ ਤੁਸੀਂ ਵਿਲੱਖਣ ਹੋ, ਇਹੀ ਤੁਹਾਨੂੰ ਖੂਬਸੂਰਤ ਬਣਾਉਂਦਾ ਹੈ। ਦੂਜਿਆਂ ਦੇ ਨਾਲ ਖੁਦ ਦੀ ਤੁਲਨਾ ਬੰਦ ਕਰੋ। ਦੁਨੀਆ ਭਰ ਵਿੱਚ ਹੋ ਰਹੀਆਂ ਅਹਿਮ ਚੀਜ਼ਾਂ ਬਾਰੇ ਗੱਲ ਕਰੋ, ਇਹੀ ਤੁਹਾਨੂੰ ਸਮਝਣ ਦੀ ਲੋੜ ਹੈ। ਬਾਹਰ ਆਓ, ਖੁਦ
ਵਾਸਤੇ ਗੱਲ ਕਰੋ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਦੇ ਆਗੂ ਹੋ, ਤੁਸੀਂ ਖੁਦ ਦੀ ਆਵਾਜ਼ ਹੋ। ਮੈਂ ਖੁਦ 'ਤੇ ਭਰੋਸਾ ਕੀਤਾ, ਇਸ ਵਾਸਤੇ ਮੈਂ ਅੱਜ ਇੱਥੇ ਖੜ੍ਹੀ ਹਾਂ। ਅਤੇ ਵੱਡੀ ਗੱਲ ਹੈ ਕਿ ਹਰਨਾਜ ਕੌਰ ਸੰਧੂ ਦਾ ਪਰਿਵਾਰ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਕਿਸਾਨ ਪਰਿਵਾਰ ਹੈ ਅਤੇ ਅੱਜ ਵੀ ਪਿੰਡ ਦੇ ਵਿੱਚ ਰਹਿੰਦਾ ਹੈ ਅਤੇ ਖੇਤੀਬਾੜੀ ਕਰਦਾ ਹੈ। ਹਰਨਾਜ ਕੌਰ ਦੀ ਤਾਈ ਲਖਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ, ਸਾਡੇ ਪੂਰੇ ਪਰਿਵਾਰ ਦੇ ਵਿੱਚ ਸਾਰੇ ਮੁੰਡੇ ਹੈਗੇ ਨੇ ਅਤੇ ਇਕੱਲੀ ਹਰਨਾਜ ਕੌਰ ਸਾਡੀ ਧੀ ਹੈਗੀ ਹੈ, ਬਾਕੀ ਸਾਰੇ ਬੇਟੇ ਨੇ ਅਤੇ ਇਕੱਲੀ ਬੇਟੀ ਨੇ ਨਾਮ ਰੌਸ਼ਨ ਕਰਕੇ ਦਿਖਾਇਆ ਹੈ। ਇਸਨੇ ਸਾਡੀ ਪੱਗ ਦੀ ਲਾਜ ਰੱਖੀ ਹੈ ਅਤੇ ਉੱਚਾ ਚੁੱਕਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਵੱਖ ਵੱਖ ਸਿਆਸਤਦਾਨਾਂ ਅਤੇ ਫਿਲਮ ਸਟਾਰਾਂ ਨੇ ਹਰਨਾਜ ਕੌਰ ਸੰਧੂ ਨੂੰ ਵਧਾਈਆਂ ਦਿੱਤੀਆਂ ਨੇ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵੱਡਾ ਸਿਆਸੀ ਧਮਾਕਾ ਕਰ ਦਿੱਤਾ ਹੈ। ਚੰਡੀਗੜ੍ਹ ਦੇ ਵਿੱਚ ਪੰਜਾਬ ਬੋਲ ਦਾ ਪ੍ਰੋਗਰਾਮ ਮੌਕੇ ਆਪਣੇ ਸੰਬੋਧਨ ਦੇ ਵਿੱਚ ਸਿੱਧੂ ਨੇ ਕਿਹਾ ਕਿ ਮੋਹਾਲੀ ਖਿੱਤੇ ਦੇ ਵਿੱਚ 1.5 ਲੱਖ ਕਰੋੜ ਦੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ੇ ਕੀਤੇ ਗਏ ਨੇ, ਜ਼ਮੀਨੀ ਰਿਕਾਰਡ ਨਾਲ ਛੇੜਛਾੜ ਕੀਤੀ ਹੈ ਤੇ ਦਾਅਵਾ ਕੀਤਾ ਕਿ ਦੋ ਮੁੱਖ ਮੰਤਰੀਆਂ ਨੇ ਮੋਹਾਲੀ ਦੇ ਵਿੱਚ 900 ਏਕੜ ਜ਼ਮੀਨ ਤੇ ਕਬਜ਼ਾ ਕਰ ਲਿਆ। ਉਹਨਾਂ ਨੇ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਦੋ ਮੁੱਖ ਮੰਤਰੀਆਂ ਦਾ ਕਬਜ਼ਾ 900 ਏਕੜ ਜ਼ਮੀਨ ਤੇ ਹੈ। ਸਿੱਧੂ ਨੇ ਚਾਹੇ ਕਮਿਸ਼ਨ ਦੀ ਰਿਪੋਰਟ ਵਿੱਚ ਦਰਜ ਨਾਵਾਂ ਨੂੰ ਜਨਤਕ ਤਾਂ ਨਹੀਂ ਕੀਤਾ, ਪਰ ਉਹਨਾਂ ਦੇ ਇਸ ਬਿਆਨ ਦੇ ਨਾਲ ਸਿਆਸਤ ਦੇ ਵਿੱਚ ਭੂਚਾਲ ਜ਼ਰੂਰ ਆ ਗਿਆ ਹੈ ਕਿਉਂਕਿ ਦੋ ਮੁੱਖ ਮੰਤਰੀਆਂ ਦਾ ਨਾਮ ਲਿਆ ਹੈ। ਹੁਣ ਇਹਦੇ ਵਿੱਚ ਦੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕੈਪਟਨ ਅਮਰਿੰਦਰ ਸਿੰਘ ਵੀ ਹੋ ਸਕਦੇ ਨੇ, ਬਾਦਲ ਤੇ ਕੈਪਟਨ ਵੀ ਹੋ ਸਕਦੇ ਨੇ, ਬਾਦਲ ਤੇ ਚੰਨੀ ਵੀ ਹੋ ਸਕਦੇ ਨੇ, ਸੋ ਕੁਛ ਵੀ ਹੋ ਸਕਦਾ, ਜਾਂ ਫਿਰ ਕੋਈ ਪੁਰਾਣੇ ਮੁੱਖ ਮੰਤਰੀ ਵੀ ਹੋ ਸਕਦੇ ਨੇ, ਪਰ ਮੌਜੂਦਾ ਤੌਰ ਤੇ ਇਹੀ ਮੁੱਖ ਮੰਤਰੀ ਨੇ ਪੰਜਾਬ ਦੇ ਜਿਹੜੇ ਇਸ ਦੁਨੀਆਂ ਦੇ ਵਿੱਚ ਹੈਗੇ ਨੇ, ਸਾਬਕਾ ਅਤੇ ਮੌਜੂਦਾ। ਉਧਰ ਆਲ ਇੰਡੀਆ ਕਾਂਗਰਸ ਕਮੇਟੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਦੇਸ਼ ਚੋਣ ਕਮੇਟੀ ਅਤੇ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਨਵਜੋਤ ਸਿੰਘ ਸਿੱਧੂ ਨੂੰ ਚੇਅਰਮੈਨ ਬਣਾਇਆ ਗਿਆ ਹੈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੈਨਲ ਦੇ ਮੈਂਬਰ ਬਣਾਇਆ ਗਿਆ ਹੈ। ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਦਿਹਾਤੀ ਦੇ ਪਿੰਡ ਨਰੂਆਣਾ ਦੇ ਖਰੀਦ ਕੇਂਦਰ ਵਿੱਚ ਲਾਡੀ ਦੇ ਹੱਕ ਵਿੱਚ ਚੋਣ ਰੈਲੀ ਵੀ ਕੀਤੀ ਅਤੇ ਆਪਣੀ ਹੀ ਸਰਕਾਰ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਨਾਮ ਲਏ ਬਗੈਰ ਨਿਸ਼ਾਨੇ ਸਾਧੇ। ਰੈਲੀ ਆਉਣ ਵਾਲੀਆਂ 2022 ਦੀਆਂ ਚੋਣਾਂ ਨੂੰ ਲੈ ਕੇ ਕਾਫੀ ਅਹਿਮ ਮੰਨੀ ਜਾ ਰਹੀ ਹੈ ਤੇ ਰੈਲੀ ਦੌਰਾਨ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਨਾਮ ਲਏ ਬਗੈਰ ਸਿੱਧੂ ਨੇ ਕਿਹਾ ਕਿ ਜਿਹੜੇ ਪਿੱਛੋਂ ਤੁਣਕੇ ਮਾਰਦੇ ਨੇ ਹੁਣ ਤੁਣਕੇ ਨਹੀਂ ਵੱਜਣ ਦੇਣੇ। ਬਠਿੰਡਾ ਦੀ ਧਰਤੀ ਦਾ ਪੁੱਤਰ ਹਲਕਾ ਸੇਵਕ ਹਰਵਿੰਦਰ ਲਾਡੀ ਹੈ। ਇੱਕ ਥਾਪੜ ਕੇ ਕਿਹਾ ਕਿ ਜਾਂ ਤਾਂ ਪੰਜਾਬ 'ਚ ਮਾਫੀਆ ਰਹੇਗਾ ਜਾਂ ਫਿਰ ਸਿੱਧੂ ਰਹੇਗਾ, ਮਾਫੀਆ ਦਾ ਸਫਾਇਆ ਕਰਕੇ ਛੱਡੂੰਗਾ। ਇਸੇ ਤਰ੍ਹਾਂ ਸਿੱਧੂ ਨੇ ਇਹ ਵੀ ਕਿਹਾ ਕਿ ਗੁਲਾਬੀ ਸੁੰਡੀ ਕਾਰਨ ਜਿਹੜਾ ਨੁਕਸਾਨ ਹੋਇਆ ਹੈ ਨਰਮੇ ਦੀ ਫਸਲ ਦਾ, ਉਹਨਾਂ ਕਿਸਾਨਾਂ ਨੂੰ ਹਾਲੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ। ਮਾਨਸਾ ਦੇ ਵਿੱਚ ਅਧਿਆਪਕਾਂ ਦੇ ਲਾਠੀਚਾਰਜ ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਨੌਕਰੀ ਮੰਗਦੇ ਕਿਸੇ ਅਧਿਆਪਕ ਤੇ ਡਾਂਗ ਨਹੀਂ ਵੱਜਣੀ ਚਾਹੀਦੀ। ਸ਼ਰਾਬ ਦੀ ਵਿਕਰੀ ਤੇ ਬੋਲਦਿਆਂ ਕਿਹਾ ਕਿ ਸ਼ਰਾਬ ਦੇ ਹੱਕ ਵਿੱਚ ਨਹੀਂ ਆ, ਪਰ ਅੱਜ ਸ਼ਰਾਬ ਦੀ 200 ਦੀ ਬੋਤਲ 1000 ਦੀ ਵਿਕ ਰਹੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ ਨੇ ਹੁਣ ਅਰਵਿੰਦ ਕੇਜਰੀਵਾਲ ਤੋਂ ਬਾਅਦ ਇੱਕ ਵੱਡਾ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੇ 4 ਮੰਤਰੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ, ਪਰ ਸਾਨੂੰ ਅਜਿਹੇ ਬੰਦੇ ਨਹੀਂ ਚਾਹੀਦੇ ਜਿਹੜੇ ਕਿ ਰੇਤਾ ਵੇਚਣ ਵਾਲੇ ਹੋਣ, ਜਿਨ੍ਹਾਂ ਨੇ ਪੰਜਾਬ ਦੀ ਮਿੱਟੀ ਹੀ ਵੇਚ ਦਿੱਤੀ ਹੋਵੇ। ਸਾਨੂੰ ਅਜਿਹੇ ਬੰਦੇ ਨਹੀਂ ਚਾਹੀਦੇ, ਸਾਡੀ ਇੱਕ ਇਮਾਨਦਾਰ ਲੀਡਰਾਂ ਦੀ ਪਾਰਟੀ ਹੈ। ਇਹਨਾਂ 4 ਮੰਤਰੀਆਂ ਦੇ ਲਈ ਸਾਡੇ ਕੋਲ ਥਾਂ ਨਹੀਂ ਹੈ, ਅਸੀਂ ਇਹਨਾਂ ਨੂੰ ਸਾਫ਼ ਮਨਾ ਕਰ ਦਿੱਤਾ ਹੈ, ਸਾਨੂੰ ਰੇਤ ਮਾਫੀਆ ਦੀ ਲੋੜ ਨਹੀਂ ਹੈ। ਸੋ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਵੀ ਦਾਅਵਾ ਕੀਤਾ ਸੀ ਕਿ ਕਾਂਗਰਸ ਦੇ ਬਹੁਤ ਸਾਰੇ ਵਿਧਾਇਕ ਸਾਡੇ ਕੋਲ ਆਉਣਾ ਚਾਹੁੰਦੇ ਨੇ, ਪਰ ਅਸੀਂ ਜਿਹੜੇ ਮਿੱਟੀ ਬੰਦੇ ਨੇ ਉਹ ਨਹੀਂ ਲੈਣੇ। ਉਧਰ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਨੇ ਵੱਖ ਵੱਖ ਸਿਆਸੀ ਪਾਰਟੀਆਂ ਨੂੰ ਘੇਰੇ ਦੇ ਵਿੱਚ ਲਿਆ ਹੈ, ਸੂਬੇ ਦੀ ਜਨਤਾ ਨੂੰ ਰਿਝਾਉਣ ਦੇ ਲਈ ਕਿਹਾ ਕਿ ਪੰਜਾਬ ਸੱਚ ਦਾ ਹੱਕਦਾਰ ਹੈ। 1992 ਤੋਂ ਪੰਜਾਬ ਦੀ ਮਾਲੀ ਹਾਲਤ ਬਹੁਤ ਹੀ ਕਮਜ਼ੋਰ ਹੈ, ਸਰਕਾਰੀ ਫੰਡ ਸਿਆਸੀ ਪਾਰਟੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਮੁਕਾਬਲੇ ਵਾਲੀਆਂ ਮੁਫ਼ਤ ਸਹੂਲਤਾਂ ਨੂੰ ਬਰਕਰਾਰ ਰੱਖਣ ਦੀ ਸਮਰੱਥਾ ਨਹੀਂ ਰੱਖਦਾ ਤੇ ਜਿਹੜੀ ਵੀ ਪਾਰਟੀ 2022 ਦੀਆਂ ਚੋਣਾਂ ਜਿੱਤੇਗੀ ਉਸਦਾ ਪਹਿਲਾ ਐਲਾਨ ਇਹੀ ਹੋਵੇਗਾ ਕਿ ਪੰਜਾਬ ਦੀ ਵਿੱਤੀ ਸਥਿਤੀ ਕਾਫ਼ੀ ਕਮਜ਼ੋਰ ਹੈ, ਇਸ ਲਈ ਵਾਅਦੇ ਪੂਰੇ ਨਹੀਂ ਕੀਤੇ ਜਾ ਸਕਦੇ। ਯਾਨੀ ਕਿ ਸਾਰੀਆਂ ਪਾਰਟੀਆਂ ਨੂੰ ਲਪੇਟੇ ਦੇ ਵਿੱਚ ਲਿਆ ਸਣੇ ਕਾਂਗਰਸ। ਤੇ ਸਿਆਸਤ ਦੀਆਂ ਇਹਨਾਂ ਖਬਰਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬਿਆਨ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਸਾਫ਼ ਸੁਥਰੀ ਤੇ ਇਮਾਨਦਾਰ ਸਰਕਾਰ ਦੇਣ ਦਾ ਮੁੜ ਤੋਂ ਦਾਅਵਾ ਕੀਤਾ ਹੈ। ਉਹਨਾਂ ਨੇ ਮਾਨ ਦੇ ਟਵੀਟ ਨੂੰ ਰੀਟਵੀਟ ਕਰਦੇ ਲਿਖਿਆ ਕਿ ਕੁਛ ਮਹੀਨਿਆਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾ ਰਹੀ ਹੈ, ਇਸ ਲਈ ਹੋਰ ਪਾਰਟੀਆਂ ਦੇ ਕਈ ਲੀਡਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਆ ਰਹੇ ਨੇ, ਪਰ ਅਸੀਂ ਕਿਸੇ ਵੀ ਹਾਲਤ ਵਿੱਚ ਭ੍ਰਿਸ਼ਟ ਤੇ ਅਪਰਾਧੀ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਨਹੀਂ ਕਰਨਾ, ਪੰਜਾਬ ਨੂੰ ਸਾਫ਼ ਸੁਥਰੀ ਅਤੇ ਇਮਾਨਦਾਰ ਸਰਕਾਰ ਦੇਵਾਂਗੇ। ਸੋ ਉਹੀ ਕਹਿ ਰਹੇ ਨੇ ਜੋ ਰਾਘਵ ਚੱਡਾ ਕਹਿ ਰਹੇ ਨੇ, ਉਹੀ ਕੇਜਰੀਵਾਲ ਕਹਿ ਰਹੇ ਨੇ। ਦਰਅਸਲ ਭਗਵੰਤ ਮਾਨ ਦਾ ਜਿਹੜਾ ਟਵੀਟ ਉਹਨਾਂ ਨੇ ਰੀਟਵੀਟ ਕੀਤਾ, ਉਹਦੇ ਵਿੱਚ ਮਾਨ ਨੇ ਕਿਹਾ ਸੀ ਕਿ ਕਾਂਗਰਸ ਦੀ ਸਰਕਾਰ ਜਾਣ ਵਾਲੀ ਹੈ, ਸਿਰਫ਼ 1 ਮਹੀਨਾ ਬਾਕੀ ਹੈ,
ਹੈ ਇਸ ਲਈ ਉਹਨਾਂ ਦੇ ਕਈ ਵੱਡੇ ਲੀਡਰ ਪੰਜਾਬ ਨੂੰ ਲੁੱਟ ਰਹੇ ਨੇ ਪਰ ਅਸੀਂ ਕਿਸੇ ਵੀ ਬੇਈਮਾਨ ਲੀਡਰ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਨਹੀਂ ਕਰਾਂਗੇ ਸੋ ਆਮ ਆਦਮੀ ਪਾਰਟੀ ਪਤਾ ਨਹੀਂ ਨਾਮ ਤਾਂ ਕਿਸੇ ਦਾ ਨਹੀਂ ਲੈਂਦੀ ਪਰ ਇਹ ਦਾਅਵਾ ਬਾਰੀ ਬਾਰੀ ਕਰਦੀ ਹੈ ਕਿ ਕਾਂਗਰਸ ਦੇ ਲੀਡਰ ਸਾਡੇ 'ਚ ਸ਼ਾਮਿਲ ਹੋਣਾ ਚਾਹੁੰਦੇ ਨੇ ਅਤੇ ਕਾਂਗਰਸ ਦੇ ਲੀਡਰ ਜ਼ਾਹਿਰ ਤੌਰ 'ਤੇ ਉਹਨਾਂ ਦੇ ਇਸ ਬਿਆਨ ਤੋਂ ਤੜਫ ਜਾਂਦੇ ਨੇ ਅਤੇ ਉੱਧਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਪੰਜਾਬ ਦੇ ਇੱਕ ਸਾਬਕਾ ਪੁਲਿਸ ਅਫਸਰ ਨੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਮਨਮੋਹਨ ਸਿੰਘ ਸੰਧੂ ਜਿਨ੍ਹਾਂ ਨੂੰ ਬਹੁਜਨ ਸਮਾਜ ਪਾਰਟੀ ਨੇ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਐਲਾਨਿਆ ਹੈ ਅਕਾਲੀ ਦਲ ਨੂੰ ਛੱਡ ਕੇ ਹੀ ਇਹ ਬਸਪਾ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਸਤੰਬਰ 2021 ਵਿੱਚ ਇਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਜਲੰਧਰ ਰੂਰਲ ਦੇ SSP ਰਹੇ ਨੇ 2020 ਦੇ ਵਿੱਚ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਕੇ ਉਹਨਾਂ ਨੇ ਸਿਆਸਤ ਦੇ ਵਿੱਚ ਪੈਰ ਧਰਿਆ ਸੀ ਇਹਨਾਂ ਦੇ ਮਾਤਾ ਸਤਵੰਤ ਕੌਰ ਸੰਧੂ ਅਕਾਲੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਅਤੇ 5 ਵਾਰੀ ਵਿਧਾਇਕ ਰਹੇ ਪਿਤਾ ਅਜੈਬ ਸਿੰਘ ਸੰਧੂ 2 ਵਾਰੀ ਚਮਕੌਰ ਸਾਹਿਬ ਤੋਂ ਵਿਧਾਇਕ ਰਹੇ ਨੇ ਚਮਕੌਰ ਸਾਹਿਬ ਬਸਪਾ ਦੇ ਖਾਤੇ ਵਿੱਚ ਆ ਜਾਣ ਕਰਕੇ ਅਕਾਲੀ ਦਲ ਦੇ ਨਾਲ ਚੱਲਦੀ ਸਖ਼ਤ ਨਾਰਾਜ਼ਗੀ ਦੇ ਹੁੰਦੇ ਹੋਏ ਇਹ ਬਸਪਾ ਦੇ ਹਾਥੀ ਤੇ ਸਵਾਰ ਹੋ ਗਏ ਨੇ ਪੰਜਾਬ ਸਰਕਾਰ ਨੇ ਛੁੱਟੀ ਬਾਰੇ ਇੱਕ ਸਪਸ਼ਟੀਕਰਨ ਦਿੱਤਾ ਹੈ ਕਿ 23 ਦਸੰਬਰ ਨੂੰ ਕੋਈ ਛੁੱਟੀ ਨਹੀਂ ਹੋਵੇਗੀ ਬਾਬਾ ਜੀਵਨ ਸਿੰਘ ਯਾਨੀ ਕਿ ਭਾਈ ਜੈਤਾ ਸਿੰਘ ਦੇ ਜਨਮ ਦਿਹਾੜੇ ਮੌਕੇ ਹੀ ਗਜ਼ਟਡ ਛੁੱਟੀ ਹੋਵੇਗੀ ਪੰਜਾਬ ਸਰਕਾਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਭਾਈ ਜੈਤਾ ਜੀ ਦੇ ਸ਼ਹੀਦੀ ਦਿਹਾੜੇ ਜੋ ਕਿ 23 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ ਉਸ ਮੌਕੇ ਕੋਈ ਵੀ ਛੁੱਟੀ ਕਰਨ ਦਾ ਐਲਾਨ ਨਹੀਂ ਕੀਤਾ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ 5 ਸਤੰਬਰ ਨੂੰ ਸੀ ਅਤੇ ਇਸ ਕਰਕੇ ਅਗਲੇ ਸਾਲ ਹੀ ਸਰਕਾਰੀ ਛੁੱਟੀ ਹੈ ਜਿਹੜੀ ਉਹ ਹੋਏਗੀ 2022 ਦੇ ਕੈਲੰਡਰ ਦੇ ਵਿੱਚ ਸ਼ਾਮਿਲ ਕੀਤੀ ਜਾਵੇਗੀ ਦਰਅਸਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿਛਲੇ ਦਿਨੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੇ ਵਿੱਚ ਭਾਈ ਜੈਤਾ ਜੀ ਦੇ ਜਨਮ ਦਿਹਾੜੇ ਤੇ ਗਜ਼ਟਡ ਛੁੱਟੀ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਉਲਝਣ ਪੈਦਾ ਹੋ ਗਈ ਸੀ ਤੇ ਹੁਣ ਸਰਕਾਰ ਨੇ ਸਪਸ਼ਟੀਕਰਨ ਦਿੱਤਾ ਅੰਮ੍ਰਿਤਸਰ ਤੋਂ ਖਬਰ ਹੈ ਜਿੱਥੇ ਇੱਕ ਕਾਂਗਰਸੀ ਲੀਡਰ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਇਸ ਮਾਮਲੇ ਦੇ ਵਿੱਚ ASI ਤੇ ਇਲਜ਼ਾਮ ਲੱਗੇ ਨੇ ਵਾਰਦਾਤ ਤੋਂ ਬਾਅਦ ASI ਫਰਾਰ ਵੀ ਹੋ ਗਿਆ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਮੌਕੇ ਤੇ ਪਹੁੰਚੇ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੇ ਹਾਂ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੇ ਨਾਲ ਜੁੜੀ ਹੋਈ ਖਬਰ ਹੈ ਲੋਕਾਂ ਨੂੰ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦਾਇਰ ਕਰਨ ਦੇ ਯੋਗ ਬਣਾਉਣ ਵਾਲੀ ਆਨਲਾਈਨ ਪ੍ਰਣਾਲੀ ਦਾ ਸੋਮਵਾਰ ਨੂੰ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਚੀਫ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਉਦਘਾਟਨ ਕੀਤਾ ਅਮਲਾ ਮੰਤਰਾਲੇ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਮੌਜੂਦਾ ਸਮੇਂ ਦੇ ਵਿੱਚ ਡਾਕ ਈਮੇਲ ਜਾਂ ਫਿਰ ਹੱਥ ਨਾਲ ਭੇਜੀਆਂ ਗਈਆਂ ਸ਼ਿਕਾਇਤਾਂ ਦੇ ਆਧਾਰ ਤੇ ਹੀ ਭਾਰਤ ਦੇ ਲੋਕਪਾਲ ਦੇ ਵੱਲੋਂ ਵਿਚਾਰ ਕੀਤਾ ਜਾਂਦਾ ਹੈ ਜਸਟਿਸ ਘੋਸ਼ ਨੇ ਸ਼ਿਕਾਇਤਾਂ ਦੇ ਪ੍ਰਬੰਧਨ ਦੇ ਲਈ ਡਿਜੀਟਲ ਪਲੇਟਫਾਰਮ ਲੋਕਪਾਲ ਆਨਲਾਈਨ ਦਾ ਉਦਘਾਟਨ ਕੀਤਾ ਯਾਨੀ ਕਿ ਹੁਣ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਲੋਕਪਾਲ ਦੇ ਕੋਲ ਆਨਲਾਈਨ ਤੁਸੀਂ ਭੇਜ ਸਕੋਗੇ ਪਰ ਇਸ ਗੱਲ ਦਾ ਅਸੀਂ ਕੋਈ ਵੀ ਦਾਅਵਾ ਨਹੀਂ ਕਰਦੇ ਕਿ ਤੁਹਾਡੀ ਸ਼ਿਕਾਇਤ ਦੇ ਉੱਤੇ ਕੋਈ ਕਾਰਵਾਈ ਹੋਵੇਗੀ ਪਰ ਤੁਸੀਂ ਸ਼ਿਕਾਇਤ ਆਨਲਾਈਨ ਜ਼ਰੂਰ ਕਰ ਸਕਦੇ ਹੋ ਦੇਸ਼ ਦੇ ਨਾਗਰਿਕਾਂ ਦੇ ਵੱਲੋਂ ਇਸ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਕਿਧਰੋਂ ਵੀ ਅਤੇ ਕਿਸੇ ਸਮੇਂ ਵੀ ਤੁਸੀਂ ਲੋਕਪਾਲ ਆਨਲਾਈਨ .gov.in ਦੇ ਉੱਤੇ ਸ਼ਿਕਾਇਤ ਆਪਣੀ ਦਰਜ ਕਰਵਾ ਸਕਦੇ ਹੋ ਸ਼੍ਰੀਨਗਰ ਤੋਂ ਖਬਰ ਹੈ ਜਿੱਥੇ ਦਹਿਸ਼ਤਗਰਦਾਂ ਦੇ ਵੱਲੋਂ ਪੁਲਿਸ ਬੱਸ ਤੇ ਗੋਲੀਬਾਰੀ ਕੀਤੀ ਗਈ ਹੈ 2 ਮੁਲਾਜ਼ਮ ਮਾਰੇ ਗਏ ਨੇ 12 ਜ਼ਖਮੀ ਹੋ ਗਏ ਨੇ ਸ਼੍ਰੀਨਗਰ ਸ਼ਹਿਰ ਦੇ ਬਾਹਰੀ ਹਿੱਸੇ ਦੇ ਵਿੱਚ ਸੋਮਵਾਰ ਨੂੰ ਦਹਿਸ਼ਤਗਰਦਾਂ ਨੇ ਜੰਮੂ ਕਸ਼ਮੀਰ ਹਥਿਆਰਬੰਦ ਪੁਲਿਸ ਦੀ ਬੱਸ ਤੇ ਗੋਲੀਬਾਰੀ ਕੀਤੀ ਇਸ ਹਮਲੇ ਦੇ ਵਿੱਚ 14 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ 2 ਦੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦੌਰਾਨ ਮੌਤ ਹੋ ਗਈ ਉਹਨਾਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਸਮੇਂ ਪੰਥਾ ਚੌਂਕ ਇਲਾਕੇ ਦੇ ਜੇਵਾਨ ਦੇ ਵਿੱਚ ਵਾਪਰੀ ਜ਼ਖਮੀਆਂ ਨੂੰ ਵੱਖ ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜ਼ਖਮੀਆਂ ਦੀ ਗਿਣਤੀ 1 ਦਰਜਨ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਦਹਿਸ਼ਤਗਰਦਾਂ ਦੀ ਗ੍ਰਿਫਤਾਰੀ ਦੇ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤੇ ਤਲਾਸ਼ੀ ਮੁਹਿੰਮ ਲਗਾਤਾਰ ਚੱਲ ਰਹੀ ਹੈ ਟੋਲ ਪਲਾਜ਼ਿਆਂ ਦੇ ਨਾਲ ਜੁੜੀ ਹੋਈ ਇੱਕ ਹੋਰ ਅਹਿਮ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਰਾਕੇਸ਼ ਟਿਕੈਤ ਜਿਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਸੀ ਉੱਥੇ ਨਤਮਸਤਕ ਹੋਏ ਨੇ ਸਾਨੂੰ ਜਾਣਕਾਰੀ ਮਿਲੀ ਹੈ ਕਿ ਜਲੰਧਰ ਦੇ ਵਿੱਚ ਰਾਕੇਸ਼ ਟਿਕੈਤ ਨੇ ਚੇਤਾਵਨੀ ਦਿੱਤੀ ਹੈ ਸਰਕਾਰ ਨੂੰ ਕਿ ਟੋਲ ਪਲਾਜ਼ਿਆਂ ਦੀਆਂ ਦਰਾਂ ਜੇ ਵਧਾਈਆਂ ਗਈਆਂ ਨੇ ਕਿਉਂਕਿ ਵਧਾ ਤਾਂ ਦਿੱਤੀਆਂ ਗਈਆਂ ਨੇ ਹੁਣ 15 ਤਰੀਕ ਤੋਂ ਜਦੋਂ ਚਾਲੂ ਹੋਣਗੇ ਜੇ ਦਰਾਂ ਉਦੋਂ ਵਧਾਈਆਂ ਹੋਈਆਂ ਲਾਗੂ ਕੀਤੀਆਂ ਗਈਆਂ ਤਾਂ ਅਸੀਂ ਮੁੜ ਅੰਦੋਲਨ ਕਰਾਂਗੇ ਜਦੋਂ ਰਾਕੇਸ਼ ਟਿਕੈਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾ ਰਹੇ ਸੀ ਅੰਮ੍ਰਿਤਸਰ ਨੂੰ ਜਾ ਰਹੇ ਸੀ ਤਾਂ ਜਲੰਧਰ ਦੇ ਵਿੱਚ ਟਿਕੈਤ ਦਾ ਬਹੁਤ ਹੀ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਅੰਦੋਲਨ ਚੱਲਦਾ ਰਿਹਾ ਟੋਲ ਪਲਾਜ਼ੇ ਬੰਦ ਸਨ ਹੁਣ ਟੋਲ ਪਲਾਜ਼ਿਆਂ ਨੂੰ ਮੁੜ ਖੋਲ੍ਹਣ ਤੇ ਘਾਟਾ ਪੂਰਾ ਕਰਨ ਦੇ ਲਈ ਦਰਾਂ ਦੇ ਵਿੱਚ ਉੱਚਾ ਵਾਧਾ ਕੀਤਾ ਜਾ ਰਿਹਾ ਹੈ ਚੇਤਾਵਨੀ ਸਿੱਧੀ ਸਿੱਧੀ ਦੇ ਦਿੱਤੀ ਹੈ ਕਿ ਜੇ ਟੋਲ ਪਲਾਜ਼ਿਆਂ ਦੀ ਦਰ ਵਿੱਚ ਵਾਧਾ ਕੀਤਾ ਗਿਆ ਤਾਂ ਸੰਘਰਸ਼ ਮੁੜ ਸ਼ੁਰੂ ਹੋਏਗਾ ਟੋਲ ਪਲਾਜ਼ਿਆਂ ਨੂੰ ਮੁੜ ਬੰਦ ਕਰਵਾ ਦਿਆਂਗੇ ਇਸ ਕਰਕੇ ਪਹਿਲਾਂ ਵਾਲੇ ਰੇਟ ਨੇ ਜਿਹੜੇ
ਜਿਹੜੇ ਉਹ ਰੱਖੇ ਜਾਣ ਲੋਕਾਂ ਦੀਆਂ ਜੇਬਾਂ ਨਾ ਲੁੱਟੀਆਂ ਜਾਣ ਉਹਨਾਂ ਇਹ ਵੀ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਕਣਕ ਤੇ ਝੋਨੇ ਦੀਆਂ ਦਰਾਂ ਦੇ ਵਿੱਚ ਸਿਰਫ 2.5% ਵਾਧਾ ਕਰਦੀ ਹੈ ਉਸੇ ਤਰ੍ਹਾਂ ਤੇ ਹੀ ਟੋਲ ਪਲਾਜ਼ਿਆਂ ਦੀਆਂ ਦਰਾਂ ਜੇ ਵਧਾਉਣੀਆਂ ਨੇ ਤਾਂ ਵਧਾ ਦਿੱਤੀਆਂ ਜਾਣ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਦੁੱਗਣਾ ਵਾਧਾ ਹੈ ਉਹ ਝੱਲਿਆ ਨਹੀਂ ਜਾਏਗਾ ਉਧਰ ਕਾਂਗਰਸ ਦੇ ਵਿੱਚ ਲੋਕ ਸਭਾ ਸਾਂਸਦ ਅਤੇ ਸਦਨ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਭਾਰਤ ਦੇ ਕਿਸਾਨਾਂ ਨੇ ਮੋਦੀ ਨੂੰ ਸਿਰ ਝੁਕਾਉਣ ਦੇ ਲਈ ਮਜਬੂਰ ਕਰ ਦਿੱਤਾ ਹੈ ਤੇ ਮੋਦੀ ਜੀ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੇ ਲਈ ਮਜਬੂਰ ਹੋਏ ਨੇ ਕਿਸਾਨਾਂ ਦੇ ਸੰਘਰਸ਼ ਦੇ ਸਦਕਾ ਤੇ ਹੁਣ ਕਿਸਾਨ MSP ਵੀ ਲੈ ਕੇ ਰਹਿਣਗੇ ਅਗਲੀ ਖਬਰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਨਾਲ ਜੁੜੀ ਹੋਈ ਹੈ ਬਰਤਾਨੀਆ ਦੇ ਵਿੱਚ ਓਮੀਕਰੋਨ ਦੇ ਨਾਲ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਓਮੀਕਰੋਨ ਦੇ ਮਰੀਜ਼ ਨੇ ਜਿਹੜੇ ਉਹ ਹਸਪਤਾਲਾਂ ਦੇ ਵਿੱਚ ਦਾਖਲ ਹੋ ਰਹੇ ਨੇ ਅਤੇ ਸਭ ਤੋਂ ਚੰਗਾ ਸਾਰੇ ਲੋਕਾਂ ਦੇ ਲਈ ਇਹੀ ਹੋਏਗਾ ਕਿ ਤੁਸੀਂ ਬੂਸਟਰ ਡੋਜ਼ ਲੈ ਲਵੋ ਕੋਰੋਨਾ ਦੀ ਹਾਲਾਂਕਿ ਜਿਹੜੇ ਡਾਕਟਰ ਨੇ ਵਿਗਿਆਨੀ ਨੇ ਉਹ ਇਹੀ ਕਹਿ ਰਹੇ ਨੇ ਕਿ ਓਮੀਕਰੋਨ ਜਿਹੜਾ ਨਵਾਂ ਵੇਰੀਐਂਟ ਹੈ ਬਹੁਤ ਖਤਰਨਾਕ ਹੈ ਉਸ 'ਤੇ ਕੋਰੋਨਾ ਦਾ ਟੀਕਾ ਵੀ ਅਸਰ ਨਹੀਂ ਕਰੇਗਾ ਤਾਂ ਲੋਕ ਇਹ ਸਵਾਲ ਪੁੱਛਦੇ ਨੇ ਕਿ ਸਾਡੇ ਦੋ ਦੋ ਟੀਕੇ ਲਾਏ ਕਿਉਂਗੇ ਜੇ ਇਹਨਾਂ ਨੇ ਅਸਰ ਕਰਨਾ ਹੀ ਨਹੀਂ ਸੀ ਤੇ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਵਾਧੇ ਮਾਮਲਿਆਂ ਦੇ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋੜ ਪਈ ਤਾਂ ਦਿੱਲੀ ਦੇ ਵਿੱਚ ਪਾਬੰਦੀਆਂ ਲਾਈਆਂ ਜਾਣਗੀਆਂ ਫਿਲਹਾਲ ਕਿਸੇ ਤਰ੍ਹਾਂ ਦੀ ਪਾਬੰਦੀ ਲਾਉਣ ਦੀ ਕੋਈ ਲੋੜ ਨਹੀਂ ਹੈ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਦੇ ਫੈਸਲੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਹੁਣ ਠੰਡ ਦੀਆਂ ਛੁੱਟੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਤੇ ਠੰਡ ਦੀਆਂ ਛੁੱਟੀਆਂ ਤੋਂ ਬਾਅਦ ਹੀ ਸਕੂਲਾਂ ਦੇ ਖੋਲ੍ਹਣ ਜਾਂ ਨਾ ਖੋਲ੍ਹਣ ਬਾਰੇ ਫੈਸਲਾ ਲਿਆ ਜਾਏਗਾ ਦਰਅਸਲ ਪਿਛਲੇ ਦਿਨੀ ਪ੍ਰਦੂਸ਼ਣ ਦੇ ਵਧੇ ਹੋਏ ਮਾਮਲੇ ਦੇ ਕਾਰਨ ਸੁਪਰੀਮ ਕੋਰਟ ਨੇ ਹੁਕਮ ਕੀਤਾ ਸੀ ਕਿ ਸਕੂਲ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਜਾਣ ਉਸ ਤੋਂ ਲੈ ਕੇ ਹੁਣ ਤੱਕ ਸਕੂਲ ਲਗਾਤਾਰ ਬੰਦ ਨੇ ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ